ਜਲੰਧਰ ਜ਼ਿਲ੍ਹੇ ਦਾ ਨਗਰ ਅਲੀਪੁਰ, ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਸ਼ਰਧਾ ਭਾਵਨਾ ਪਿਆਰ ਨਾਲ ਸੰਗਤ ਵੱਲੋਂ ਚੱਲ ਰਹੀ ਹੈ। ਤੇ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਚੇਤੇ ਕਰਦਿਆਂ ਹੋਇਆਂ ਉਹਨਾਂ ਦੇ 643ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਮੁੱਚੀ ਸੰਗਤ ਵੱਲੋਂ ਰਲ ਮਿਲ ਕਰਕੇ ਸਰਬੱਤ ਦੇ ਭੱਲੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ। ਤਿੰਨ ਦਿਨ ਨਾਮ ਬਾਣੀ ਦਾ ਪ੍ਰਵਾਹ ਚੱਲਿਆ। ਹੁਣੇ ਹੁਣੇ ਕੁਝ ਸਮਾਂ ਪਹਿਲਾਂ ਭੋਗ ਪਏ। ਖੁੱਲ੍ਹੇ ਪੰਡਾਲ ਦੇ ਵਿੱਚ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇਣ ਆਏ ਨੇ ਤੇ ਨਾਲ ਜੋ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਉਪਰਾਲਾ ਕੀਤਾ ਹੈ, ਧਾਰਮਿਕ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਸੋ ਦਾਸ ਦੇ ਜਥੇ ਨੂੰ ਬੁਲਾਇਆ ਹੈ। ਸਤਿਗੁਰ ਕਿਰਪਾ ਕਰਨ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਅਮਰ ਜੀਵਨ ਰਲ ਮਿਲ ਕੇ ਆਪਾਂ ਵਿਚਾਰ ਕਰਾਂਗੇ। ਸੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਅਲੀਪੁਰ ਦੇ ਸਾਰੇ ਹੀ ਪ੍ਰਬੰਧਕ ਸਹਿਬਾਨ, ਪ੍ਰਧਾਨ ਸ੍ਰੀ ਰੋਸ਼ਨ ਲਾਲ ਜੀ ਔਰ ਸਮੁੱਚੀ ਨੌਜਵਾਨ ਸਭਾ, ਜੋ ਸਾਡੇ ਨੌਜਵਾਨ ਵੀਰ ਦਿਨ ਰਾਤ ਉਪਰਾਲਾ ਕਰ ਰਹੇ ਨੇ, ਇਹਨਾਂ ਦੇ ਨਾਲ ਸਰਪੰਚ ਸ਼੍ਰੀਮਤੀ ਉਸ਼ਾ ਰਾਣੀ ਜੀ ਔਰ ਸਾਡੇ ਅਤਿ ਸਤਿਕਾਰਯੋਗ ਇੰਸਪੈਕਟਰ ਸਾਹਿਬ ਸ੍ਰੀ ਰਾਮਪਾਲ ਜੀ ਔਰ ਰਾਮਕ੍ਰਿਸ਼ਨ ਜੀ ਔਰ ਛੋਟੇ ਵੱਡੇ ਜਿੰਨੇ ਵੀ ਮਾਈ ਭਾਈ ਰਲ ਮਿਲ ਕਰਕੇ ਹਾਜ਼ਰੀ ਭਰ ਰਹੇ ਹੋ, ਸਾਰਿਆਂ ਦਾ ਸਾਡੇ ਜਥੇ ਵੱਲੋਂ ਧੰਨਵਾਦ। ਕਿਉਂਕਿ ਗੁਰਮੁਖੋ ਮਹਾਰਾਜ ਦਾ ਹੁਕਮ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਜਿਹੜੀਆਂ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਨੇ, ਬਾਤਾਂ ਨੇ, ਉਹਨਾਂ ਦਾ ਅਮਰ ਜੀਵਨ ਹੈ, ਇਹਨੂੰ ਅੱਗੇ ਜਿਹੜੇ ਵਧਾਉਂਦੇ ਨੇ ਉਹਨਾਂ ਨੂੰ ਸਪੁੱਤ ਰੱਖਿਆ ਜਾਂਦਾ। ਜੇ ਅੱਗੇ ਨਹੀਂ ਵਧਾਉਣ ਜੋਗੇ ਤਾਂ ਜਿੰਨੀ ਕੁ ਪਹਿਲਾਂ ਬਣੀ ਹੈ ਉਨੀ ਕੀ ਸੰਭਾਲ ਲਈਏ। ਤਿੰਨ ਤਰ੍ਹਾਂ ਦੇ ਬੱਚੇ ਹੁੰਦੇ ਹੈ, ਇੱਕ ਹੁੰਦਾ ਪੁੱਤ ਗੁਰਮੁਖ। ਪੁੱਤਰ ਉਹਨੂੰ ਆਖਿਆ ਜਾਂਦਾ ਹੈ ਜੇ ਵਧਾ ਨਹੀਂ ਸਕਦਾ ਤੇ ਘਟਾਵੇ ਵੀ ਨਾ, ਜਿੰਨੀ ਕੁ ਬਣੀ ਹੈ ਉਨੀ ਕੀ ਸੰਭਾਲ ਲਵੇ। ਇੱਕ ਹੁੰਦਾ ਸਪੁੱਤਰ, ਜਿੰਨੀ ਮਾਂ ਬਾਪ ਦੀ ਵੱਡੇ ਵਡੇਰਿਆਂ ਦੀ ਪਹਿਲਾਂ ਬਣੀ ਸੀ
ਉਦੋਂ ਵੀ ਵਧਾ ਕੇ ਦਿਖਾਵੇ ਉਹਨੂੰ ਸਪੁੱਤਰ ਆਖਿਆ ਜਾਂਦਾ ਹੈ। ਤੇ ਇੱਕ ਤੀਜੇ ਦਰਜੇ ਦਾ ਹੋਰ ਵੀ ਹੈ ਜਿਹਨੂੰ ਕਪੁੱਤ ਆਖਿਆ ਜਾਂਦਾ ਹੈ। ਉਹਨਾਂ ਨੇ ਆਪ ਤਾਂ ਕੁਛ ਕਰਨਾ ਨਹੀਂ ਹੁੰਦਾ, ਜਿਹੜੀ ਬਣੀ ਹੁੰਦੀ ਹੈ ਉਹਨੂੰ ਵੀ ਵਿਗਾੜ ਦਿੰਦੇ ਆ ਗੁਰਮੁਖ, ਉਹਨੂੰ ਕਪੁੱਤ ਆਖਿਆ। ਇੱਥੇ ਮਹਾਰਾਜ ਨੇ ਬਾਣੀ ਵਿੱਚ ਦੋ ਦਾ ਜ਼ਿਕਰ ਕੀਤਾ, ਪੁੱਤ ਸਪੁੱਤ। ਇਹਦੇ ਭਾਵ ਅਰਥ ਦੋ ਨੇ ਭਾਈ, ਇੱਕ ਤਾਂ ਇਹ ਕਿ ਆਪਣੇ ਵੱਡੇ ਵਡੇਰਿਆਂ ਦੀ ਯਾਦ ਉਹ ਮਨਾਉਂਦੇ ਹੈ ਜਿਹੜੇ ਪੁੱਤ ਹੋਣ ਜਾਂ ਸਪੁੱਤਰ ਬਣ, ਕਪੁੱਤ ਨਹੀਂ ਮਨਾਉਂਦੇ ਕਦੇ ਗੁਰੂ। ਤੇ ਦੂਜਾ ਭਾਵ ਇਹ ਹੈ ਜਿਹੜੀਆਂ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਨੇ, ਕਥਾਵਾਂ ਨੇ, ਇਹ ਸਾਨੂੰ ਪੁੱਤ ਸਪੁੱਤ ਬਣਾ ਦਿੰਦੀਆਂ, ਕਪੁੱਤਰ ਹੋਣ ਤੋਂ ਬਚਾਉਂਦੀਆਂ। ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਵੀ ਪਹਿਲਾਂ ਸਾਡੇ ਕੀ ਹਾਲਾਤ ਸੀ ਤੇ ਹੁਣ ਜਿਸ ਵੀ ਅਹੁਦੇ ਤੇ ਅਸੀਂ ਹੈਗੇ, ਜਿਸ ਸਥਾਨ ਤੇ ਅਸੀਂ ਹੁਣ ਹੈਗੇ, ਇੱਥੋਂ ਤੱਕ ਪਹੁੰਚਣ ਵਾਸਤੇ ਕਿੰਨੀ ਮਿਹਨਤ ਕੀਤੀ ਵੱਡੇ ਵਡੇਰਿਆਂ ਨੇ। ਤੇ ਤੁਹਾਨੂੰ ਪਤਾ ਮਹਾਰਾਜ ਦਾ ਬਚਨ ਹੈ, ਉਦਮ ਕਰਿੰਦੇ ਆ ਜੀਓ ਤੂੰ, ਕਹਿੰਦੇ ਜਿੰਨਾ ਸਮਾਂ ਜਿਉਣਾ ਹੈ ਉਦਮ ਕਰਦੇ ਰਹਿਣਾ ਚਾਹੀਦਾ, ਕਮਾਵਦੇ ਆ ਸੁੱਖ ਪੁੰਚ, ਸੋਹਣੀ ਕਮਾਈ ਕਰੇਗਾ ਸੁੱਖ ਮਿਲਣਗੇ, ਇਹ ਤਾਂ ਸੰਸਾਰ ਦੀ ਚੀਜ਼ ਹੈ। ਤੇ ਅੱਗੇ ਕਹਿੰਦੇ ਨੇ ਧਿਆਏ ਦਿਆਂ ਤੂੰ ਪ੍ਰਭੂ ਮਿਲ, ਜਿੱਥੇ ਉਦਮ ਕਰਨਾ ਹੈ ਨਾ ਉਪਜੀਵਿਕਾ ਚਲਾਉਣ ਵਾਸਤੇ, ਕਮਾਈ ਕਰਨੀ ਆਪਣੇ ਸੁੱਖਾਂ ਵਾਸਤੇ, ਸੋਹਣਾ ਘਰ ਹੋਵੇ, ਸੋਹਣਾ ਪਰਿਵਾਰ ਹੋਵੇ, ਸਮੇਂ ਦੇ ਨਾਲ ਹੁਣ ਆਪਾਂ ਚਾਹੁੰਦੇ ਹਾਂ ਹਰ ਕੋਲ ਗੱਡੀ ਵੀ ਹੋਵੇ, ਪੈਸਾ ਟਕਾ ਵੀ ਹੋਵੇ, ਇਹਨਾਂ ਚੀਜ਼ਾਂ ਦੇ ਨਾਲ ਨਾਲ ਪਰਮੇਸ਼ਰ ਨੂੰ ਵੀ ਧਿਆਉਣਾ ਗੁਰੂ। ਇਹਦਾ ਫਾਇਦਾ ਇਹ ਹੁੰਦਾ ਹੈ, ਕਹਿੰਦੇ ਤੇਰੀ ਸਾਰੀ ਚਿੰਤਾ ਖਤਮ ਹੋ ਜੂਗੀ ਤੇ ਨਾਲੇ ਤੇਰਾ ਭਾਈ ਪਰਮਾਤਮਾ ਦੇ ਨਾਲ ਮਿਲਾਪ ਹੋ ਜੂ। ਆਖੋ ਸਤਨਾਮ ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅੱਜ ਜਿਨ੍ਹਾਂ ਦੀ ਯਾਦ ਮਨਾ ਰਹੇ ਹੋ, ਮੇਰੇ ਸਤਿਗੁਰ ਰਵਿਦਾਸ ਮਹਾਰਾਜ, ਇਹਨਾਂ ਨੇ ਭਾਈ ਸੰਸਾਰ ਵਿੱਚ ਆ ਕੇ ਸਾਰੇ ਹੀ ਕਾਰਜ ਕੀਤੇ, ਨਾਲੇ ਤਾਂ ਕਿਰਤ ਕੀਤੀ, ਨਾਲੇ ਮਾਲਕ ਦਾ ਜਪਿਆ ਨਾਮ, ਤੇ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ, ਵਿਹਲੜ ਨਹੀਂ ਰਹਿਣਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਭਜਨ ਕਰੋ ਜਿੰਨਾ ਹੋ ਸਕਦਾ ਹੈ। ਇਹਦੇ ਨਾਲ ਭਾਈ ਤੁਹਾਡਾ ਸਮਾਜਿਕ ਜੀਵਨ ਵੀ ਚੰਗਾ ਬਣਨਾ, ਪਰਿਵਾਰਕ ਜੀਵਨ, ਆਰਥਿਕ ਜੀਵਨ ਵੀ ਚੰਗਾ ਬਣੂਗਾ, ਤੇ ਨਾਲ ਨਾਲ ਧਰਮ ਕਰੀ ਚੱਲੋ, ਧਾਰਮਿਕ ਜੀਵਨ ਵੀ ਚੰਗਾ ਬਣੂਗਾ। ਅੱਜ ਜਿਹੜੀਆਂ ਸਾਡੇ ਕੋਲ ਮੌਜਾਂ ਨੇ ਨਾ, ਖੁਸ਼ੀਆਂ ਨੇ, ਇਹ ਨਹੀਂ ਸੀ ਹੋਣੀਆਂ ਜੇ ਸਤਿਗੁਰ ਰਵਿਦਾਸ ਮਹਾਰਾਜ ਨਾ ਆਉਂਦੇ। ਆਖੋ ਸਤਨਾਮ ਵਾਹਿਗੁਰੂ। ਅੱਜ ਸਾਰੇ ਗੁਰੂ ਸਾਹਿਬਾਨਾਂ ਨੇ, ਸਾਰੇ ਵਿਦਵਾਨਾਂ ਨੇ ਮੇਰੇ ਸਤਿਗੁਰ ਦਾ ਸਨਮਾਨ ਕੀਤਾ ਹੈ। ਕੋਈ ਉਹਨਾਂ ਦੀ ਉੱਚ ਜਾਤੀ ਕਰਕੇ ਨਹੀਂ, ਉਹਨਾਂ ਦੇ ਰੰਗ ਰੂਪ ਜਾਂ ਪੈਸੇ ਟਕੇ ਜਾਂ ਕੰਮ ਕਾਜ ਕਰਕੇ ਨਹੀਂ, ਜੇ ਉਹਨਾਂ ਦਾ ਸਤਿਕਾਰ ਹੋਇਆ ਤੇ ਉਹਨਾਂ ਦੇ ਗੁਣ ਕਰਕੇ। ਗੁਰੂ ਗੁਣ ਪਤਾ ਕੀ ਸੀ?
ਸਭ ਤੋਂ ਪਹਿਲਾ ਗੁਣ ਸੀ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ। ਕਹਿੰਦੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕੀਤੀ ਤੇ ਆਪਣੇ ਆਪ ਚ ਹੋਮੈ ਨੀ ਲਿਆਂਦੀ, ਨੀਚ ਹੀ ਆਖਿਆ ਹਰ ਵੇਲੇ, ਨਾ ਤਾਂ ਆਪਣੀ ਜਾਤ ਲੁਕੋਈ। ਤੇ ਕਿੰਨੇ ਥਾਂ ਲਿਖਿਆ ਰਵਿਦਾਸ ਚਮਾਰਾ, ਆਪਣੇ ਆਪ ਨੂੰ ਨੀਚ ਵੀ ਕਿਹਾ ਬਹੁਤ ਥਾਵਾਂ ਤੇ। ਤੇ ਕੁਦਰਤੀ ਗੱਲ ਹੈ, ਜਿੱਥੇ ਨਿਮਰਤਾ ਹੈ ਉੱਥੇ ਫਲ ਲੱਗਦੇ ਹੀ ਲੱਗਦੇ ਹੈ। ਆ ਮੀਂਹ ਪੈਂਦਾ, ਪਾਣੀ ਨੀਵੇਂ ਥਾਵਾਂ ਨੂੰ ਧੱਪ ਹੀ ਜਾਂਦਾ। ਗੁਰਮੁਖ ਇੱਕ ਤਾਂ ਉਹਨਾਂ ਨੇ ਭਗਤੀ ਕੀਤੀ ਤੇ ਆਪਣੇ ਆਪ ਨੂੰ ਨੀਚ ਦੱਸਿਆ, ਤੇ ਦੂਜਾ ਗੁਣ ਇਹ ਸੀ ਦੁਨੀਆਂ ਉਹਨਾਂ ਦਾ ਵਿਰੋਧ ਕਰਦੀ ਰਹੀ ਪਰ ਆਪ ਕਿਸੇ ਦਾ ਹੀ ਵਿਰੋਧ ਨਹੀਂ ਕੀਤਾ। ਕਿਤੇ ਦੇਖਿਆ ਇਤਿਹਾਸ ਵਿੱਚ ਵੀ ਆਪ ਵੀ ਕਿਤੇ ਰਾਜੇ ਕੋਲੇ ਚਲੇ ਗਏ ਹੁਣ ਵੀ ਉਹ ਮੈਨੂੰ ਮਾੜਾ ਕਹਿੰਦੇ, ਸਗੋਂ ਉਸ ਵੇਲੇ ਦੇ ਵਿਪਰ ਸ਼ਿਕਾਇਤਾਂ ਕਰਦੇ ਰਹੇ। ਸਤਿਗੁਰ ਰਵਿਦਾਸ ਜੀ ਨੂੰ ਸਿਕੰਦਰ ਲੋਧੀ ਨੇ ਫੜ ਕੇ ਜੇਲ੍ਹ 'ਚ ਵੀ ਬੰਦ ਕੀਤਾ ਪਰ ਫਿਰ ਵੀ ਕਿਸੇ ਦਾ ਬੁਰਾ ਨਹੀਂ ਮਨਾਇਆ, ਤਾਂ ਜੋ ਉਹਨਾਂ ਦੀ ਸੋਭਾ ਹੋਈ ਹੈ। ਤੇ ਦੂਜੀ ਗੱਲ, ਕਈ ਯੋਗੀ ਵੀ ਆਏ ਗੁਰੂ, ਪਹਿਲਾ ਗੁਣ ਭਗਤੀ, ਦੂਜਾ ਗੁਣ ਇਹ ਸੀ ਵੀ ਬੁਰਿਆਂ ਨਾਲ ਵੀ ਭਲਾ ਕੀਤਾ, ਗੰਗਾ ਰਾਮ ਵਰਗਿਆਂ ਨੂੰ ਵੀ ਤਾਰਿਆ ਗੁਰਮੁਖ। ਤੇ ਤੀਜੀ ਗੱਲ ਇਹ ਸੀ, ਬੜੇ ਯੋਗੀ ਨਾਥ ਉਸ ਵੇਲੇ ਦੇ ਪੂਜਨੀਕ ਗੋਰਖਨਾਥ ਵਰਗੇ ਵੀ ਆਏ ਜਿਨ੍ਹਾਂ ਨੇ ਸਤਿਗੁਰ ਰਵਿਦਾਸ ਨੂੰ ਭਰਮਾਉਣਾ ਚਾਹਿਆ, ਆਪਣੇ ਵੱਲੋਂ ਕਈ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਦੇਣੀਆਂ ਚਾਹੀਆਂ ਪਰ ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਅਸੀਂ ਤਾਂ ਕਿਰਤ ਕਰਕੇ ਹੀ ਖਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਹਲੜ ਨਹੀਂ ਬਣਾਇਆ, ਇਹ ਨਹੀਂ ਵੀ ਦੂਜਿਆਂ ਨੂੰ ਲੁੱਟ ਲੁੱਟ ਖਾਈ ਚੱਲੋ, ਮਿਹਨਤ ਕਰਨੀ ਸਿਖਾਈ। ਤੇ ਅੱਜ ਆ ਉਹਨਾਂ ਦੇ ਪਾਏ ਪੂਰਨਿਆਂ ਤੇ ਜਿਹੜੇ ਚੱਲਦੇ ਆ ਮਿਹਨਤ ਕਰਦੇ ਆ ਉਹਨਾਂ ਨੂੰ ਅਹੁਦੇ ਮਿਲਦੇ ਹੀ ਹੈ। ਕਿੱਡੀ ਵੱਡੀ ਕਿਰਪਾ ਸਤਿਗੁਰ ਨੇ ਕੀਤੀ ਹੈ। ਸ਼੍ਰੀ ਰਾਮਪਾਲ ਜੀ ਬੈਠੇ ਹੈ ਪੁਲਿਸ ਦੇ ਵਿੱਚ ਇੰਸਪੈਕਟਰ ਬਣ ਗਏ ਤੇ ਵੱਡਿਆਂ ਦੀ ਬਖਸ਼ਿਸ਼ ਹੈ, ਇਹਨਾਂ ਦੀ ਮਿਹਨਤ ਹੈ। ਤੇ ਜਿਹੜਾ ਮਿਹਨਤ ਕਰੂਗਾ ਉਹਦਾ ਫਲ ਕੁਦਰਤ ਨੇ ਦੇਣਾ ਹੀ ਦੇਣਾ, ਕਿਉਂਕਿ ਕੁਦਰਤ ਕੋਲੇ ਤਾਂ ਪਹਿਲਾਂ ਹੀ ਬਹੁਤ ਕੁਛ ਹੈ। ਗੁਰੂ ਹਿੰਮਤ ਕਰਨੀ ਹੈ। ਅੱਜ ਕੋਈ ਮਾਸਟਰ ਬਣਿਆ ਉਦੋਂ ਦੇਖੋ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਇਹਨਾਂ ਨੂੰ ਵਿੱਦਿਆ ਨਹੀਂ ਸੀ ਪੜ੍ਹਾਉਂਦੇ ਤੇ ਅੱਜ ਸਕੂਲਾਂ ਦੇ ਪ੍ਰਿੰਸੀਪਲ ਬਣੇ ਬੈਠੇ ਆ। ਗੁਰਮੁਖ ਮਾਸਟਰ ਸਾਡੇ, ਡਾਕਟਰ ਸਾਡੇ, ਆ ਜਦੋਂ ਫਗਵਾੜੇ ਆਏ ਨਾ ਸਤਿਗੁਰ ਰਵਿਦਾਸ ਜੀ ਮਹਾਰਾਜ, ਫੱਗੂ ਦਾ ਵਾੜਾ ਸੀ ਇੱਥੇ ਜ਼ਿਆਦਾਤਰ, ਆ ਜਲੰਧਰ, ਫਗਵਾੜਾ, ਫਲੌਰ, ਜਿਹਨੂੰ ਚੱਕ ਹਕੀਮਾ ਕਹਿੰਦੇ ਹੋ, ਪਿੰਡ ਦਾ ਨਾਂ ਸੀ ਹਕੀਮਾ, ਚੱਕ ਸੀ ਅਸਲ ਵਿੱਚ ਪਹਿਲਾ ਨਾਂ, ਚੱਕ ਹਕੀਮਾ ਬਾਅਦ ਚ ਪਿਆ ਕਿਉਂਕਿ ਇੱਥੇ ਹਕੀਮ ਲੋਕ ਜ਼ਿਆਦਾ ਵਸਦੇ ਸੀ। ਤੇ ਇੱਧਰ ਫਗਵਾੜੇ ਤੋਂ 7-8 ਕਿਲੋਮੀਟਰ ਹੋਰ ਉਰੇ ਨੂੰ ਆ ਜਾਈਏ ਤਾਂ ਗੁਰਮੁਖ ਪਿਆਰਿਓ ਸਪੜੌੜ ਪਿੰਡ ਪੈਂਦਾ ਹੈ, ਜਿੱਥੋਂ ਦੇ ਭਾਈ ਨਾਨੂ ਵਰਗੇ ਹੋਏ ਬਾਬਾ ਸੰਗਤ ਸਿੰਘ ਜੀ ਸਪੜੌੜ ਪਿੰਡ ਦੇ ਸੀ, ਜਿਨ੍ਹਾਂ ਦੇ ਸੀਸ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਲਗੀ ਸਜਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਉੱਥੇ ਹੋ ਗਿਆ, ਵੈਸੇ ਬਾਦਸ਼ਾਹ ਨੇ ਬਾਅਦ 'ਚ ਹਮਲੇ ਕਰਤੇ, ਚਲੋ ਵੱਖਰੀ ਗੱਲ ਹੈ, ਪਰ ਜ਼ਿਆਦਾਤਰ ਇੱਥੇ ਦਲਿਤ ਵਰਗ ਦੇ ਲੋਕ ਰਹਿੰਦੇ ਸੀ।
ਤੇ ਜਦੋਂ ਫਗਵਾੜੇ ਆਏ ਸਤਿਗੁਰ ਰਵਿਦਾਸ ਜੀ ਉੱਥੋਂ ਚੱਲ ਕੇ ਚੱਕ ਪਿੰਡ ਆ ਗਏ ਤੇ ਚੱਕ ਪਿੰਡ ਸਤਸੰਗ ਹੁੰਦਾ ਰਿਹਾ। ਰੱਬੀ ਬਾਣੀ ਦੇ ਮਹਾਰਾਜ ਨੇ ਭਜਨ ਗਾਉਣੇ ਤੇ ਗੁਰਮੁਖ ਪਿਆਰਿਓ ਜਿਹੜਾ ਗਰੀਬ ਲੋਕ ਪਛੜੀਆਂ ਸ਼੍ਰੇਣੀਆਂ ਕਹਿ ਲਓ ਜਿਨ੍ਹਾਂ ਨੂੰ ਸ਼ੂਦਰ ਦਲਿਤ ਆਖਿਆ ਜਾਂਦਾ ਸੀ ਇਹ ਸਤਿਗੁਰ ਰਵਿਦਾਸ ਮਹਾਰਾਜ ਕੋਲੇ ਜਾਂਦੇ ਤੇ ਕਈ ਗੁਰਮੁਖ ਪਿਆਰਿਓ ਇਸਲਾਮ ਧਰਮ ਵੀ ਅਪਣਾ ਗਏ ਤਬਦੀਲ ਕਰ ਗਏ। ਮੁਸਲਮਾਨ ਤਾਂ ਬਣ ਗਏ ਪਰ ਕਿੱਤਾ ਉਹੀ ਚਮੜੇ ਦਾ ਕੰਮ ਕਾਜ ਕਰਨਾ ਕਿਉਂਕਿ ਸਿੱਖ ਧਰਮ ਤਾਂ ਉਦੋਂ ਬਾਅਦ ਚ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਤੋਂ ਮੁੱਢ ਵੱਜੇ ਹੈ ਨਾ ਸਿੱਖੀ ਦਾ ਤਾਂ ਪਰ ਉਦੋਂ ਹਿੰਦੂ ਜਾਂ ਮੁਸਲਮਾਨ ਧਰਮ ਹੀ ਸੀ ਤੇ ਕਈ ਹਿੰਦੂ ਹੁੰਦੇ ਹੋਏ ਮੁਸਲਮਾਨ ਬਣ ਗਏ ਪਰ ਕੰਮ ਉਹੀ ਚਮੜੇ ਦਾ। ਸਤਿਗੁਰ ਰਵਿਦਾਸ ਜੀ ਮਹਾਰਾਜ ਇੱਕ ਦਿਨ ਕਹਿੰਦੇ ਭਾਈ ਚਮੜੇ ਦਾ ਕੰਮ ਤਾਂ ਤੁਸੀਂ ਕਰਦੇ ਹੋ ਸਤਸੰਗ ਸੁਣਦੇ ਹੋ ਸਾਡੀ ਇੱਕ ਗੱਲ ਪੱਲੇ ਬੰਨੋ ਵੀ ਸਦਾ ਵਾਸਤੇ ਨੌਕਰ ਨਾ ਬਣੇ ਰਹੋ ਕਿਤੇ ਮਾਲਕ ਬਣਨ ਵਾਸਤੇ ਵੀ ਸੋਚਿਆ ਕਰੋ। ਨੌਕਰ ਦਾ ਕੰਮ ਕੀ ਹੁੰਦਾ ਜੋ ਮਾਲਕ ਨੇ ਹੁਕਮ ਦਿੱਤਾ ਨੌਕਰ ਨੂੰ ਕਰਨਾ ਪੈਣਾ ਗੁਲਾਮੀ ਸੀ ਜ਼ਿਆਦਾਤਰ ਲੋਕ ਗੁਲਾਮ ਰਹਿੰਦੇ ਸੀ ਜੋ ਮਾਲਕ ਹੁਕਮ ਲਾਊਗਾ ਉਹ ਗੁਲਾਮ ਨੂੰ ਕਰਨਾ ਪੈਣਾ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਕਦੇ ਆਪ ਵੀ ਮਾਲਕ ਬਣ ਕੇ ਵੇਖੋ ਤੇ ਇੱਕ ਬਜ਼ੁਰਗ ਕਹਿੰਦਾ ਜੀ ਸਾਨੂੰ ਕੌਣ ਮਾਲਕ ਬਣਾਉਂਦਾ ਚਮੜੇ ਦਾ ਹੀ ਕੰਮ ਕਰਨਾ ਹੋਰ ਸਾਨੂੰ ਕੌਣ ਕੁਛ ਦੱਸਦਾ ਤੇ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਨੇ ਕਈ ਬਜ਼ੁਰਗਾਂ ਨੂੰ ਵੈਦਿਕ ਦੇ ਗੁਣ ਦੱਸੇ ਕਹਿੰਦੇ ਸੇਕਣ ਨੂੰ ਹਕੀਮ ਹੀ ਬਣ ਜਾਓ ਹਥੌੜੀਆਂ ਬਹੁਤੀਆਂ ਜੜੀ ਬੂਟੀਆਂ ਤੁਹਾਨੂੰ ਦੱਸਦੇ ਆ ਕਹਿਣਾ ਤੇ ਇੱਥੋਂ ਦੇ ਬਜ਼ੁਰਗ ਬਣ ਗਏ ਹਕੀਮ ਵੈਦ ਡਾਕਟਰ ਕਹਿ ਲਓ ਹੁਣ ਸੌਖਾ ਸਮਝੋਗੇ ਤੇ ਇਹ ਜੀ ਸਤਿਗੁਰ ਰਵਿਦਾਸ ਨੇ ਕਿਰਪਾ ਕੀਤੀ ਇੱਥੇ ਫਿਰ ਜ਼ਿਆਦਾਤਰ ਹਕੀਮ ਲੋਕ ਰਹਿੰਦੇ ਸੀ ਤੇ ਜਦੋਂ ਆਲੇ ਦੁਆਲੇ ਕਿਸੇ ਨੂੰ ਲੋੜ ਪੈਂਦੀ ਕੋਈ ਢਿੱਲਾ ਮਿੱਠਾ ਹੋ ਜਾਂਦਾ ਬਿਮਾਰ ਹੋ ਜਾਂਦਾ ਤੇ ਲੋਕ ਕਹਿੰਦੇ ਹੁੰਦੇ ਵੀ ਚੱਕ ਹਕੀਮਾਂ ਕੋਲੇ ਜਾਓ ਉਹ ਤਾਂ ਕਰਕੇ ਚੱਕ ਹਕੀਮਾਂ ਹੀ ਵੱਜਣ ਲੱਗ ਗਿਆ ਪਿੰਡ ਦਾ ਤੋ ਕਹਿਣ ਦਾ ਭਾਵ ਗੁਰੂ ਰਵਿਦਾਸ ਮਹਾਰਾਜ ਨੇ ਇੱਥੇ ਆ ਕੇ ਸਾਨੂੰ ਗੁਣ ਦਿੱਤਾ ਵੀ ਤੁਸੀਂ ਵੈਦ ਵੀ ਬਣੋ ਤੇ ਜਿਹੜਾ ਵੈਦ ਹੈ ਡਾਕਟਰ ਹੈ ਉਹਦੇ ਕੋਲੇ ਤੁਸੀਂ ਜਾਂਦੇ ਹੋ ਆਪਣਾ ਇਲਾਜ ਕਰਾਉਣ ਕਦੇ ਉਹਦੀ ਜਾਤ ਨਹੀਂ ਪੁੱਛਦੇ ਪੁੱਛਿਆ ਕਦੇ ਕਿਸੇ ਨੂੰ ਖੂਨ ਦੀ ਲੋੜ ਪੈ ਜੇ ਉਦੋਂ ਪੁੱਛਦੇ ਹੋ ਵੀ ਇਹ ਖੂਨ ਕਿਸੇ ਉੱਚ ਜਾਤੀ ਵਾਲੇ ਦਾ ਜਾਂ ਗਰੀਬ ਦਾ ਇੱਥੇ ਪਾਈ ਫਿਰ ਉਹ ਵੰਡੀਆਂ ਸਤਿਗੁਰ ਨੇ ਅਹੁਦੇ ਬਖਸ਼ੇ ਤੇ ਆਪ ਸੱਚੇ ਸੁੱਚੇ ਪ੍ਰਚਾਰਕ ਬਣ ਕੇ ਦੁਨੀਆਂ ਨੂੰ ਗਿਆਨ ਵੰਡਿਆ ਗੁਰਮੁਖ ਇਹ ਕਿਹਾ ਵੀ ਵੱਧ ਤੋਂ ਵੱਧ ਵਿਦਿਆ ਪੜ੍ਹੋ ਪਰਮੇਸ਼ਰ ਦੀ ਭਗਤੀ ਕਰੋ ਸੱਚੀ ਕਿਰਤ ਕਰਿਆ ਕਰੋ ਉਹਨਾਂ ਦੇ ਗੁਣਾਂ ਕਰਕੇ ਬਾਕੀਆਂ ਨੂੰ ਵੀ ਸਤਿਕਾਰ ਦੇਣਾ ਪਿਆ। ਗੁਰੂ ਨਾਨਕ ਸਾਹਿਬ ਆਪ ਗਏ ਕੰਸੀ ਬਨਾਰਸ ਮਿਲਣ ਵਾਸਤੇ ਚਤਰਦਾਸ ਦੀ ਬਗੀਚੀ ਸੀ ਜਿੱਥੇ ਤਿੰਨ ਦਿਨ ਸਤਿਗੁਰ ਰਵਿਦਾਸ ਮਹਾਰਾਜ ਤੇ ਗੁਰੂ ਨਾਨਕ ਮਹਾਰਾਜ ਨੇ ਬੈਠ ਕੇ ਕੀਰਤਨ ਕੀਤਾ 40 ਸ਼ਬਦ ਇੱਕ ਸਲੋਕ ਗੁਰੂ ਨਾਨਕ ਸਾਹਿਬ ਨੂੰ 16 ਰਾਗਾਂ 'ਚ ਗਾ ਕੇ ਸੁਣਾਏ ਗੁਰੂ ਰਵਿਦਾਸ ਮਹਾਰਾਜ ਨੇ। ਜਾਂ ਗ੍ਰੰਥੀ ਸਿੰਘ ਬੈਠੇ ਹੈ ਪੁੱਛ ਲਓ ਨਹੀਂ ਤਾਂ ਆਪ ਪੜ੍ਹ ਕੇ ਵੇਖ ਲਓ।
ਸਾਰੀ ਦੁਨੀਆ ਚ ਸਰਮੌਰ ਹਸਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਦੂ ਸਭ ਥੱਲੇ ਤੇ 16 ਰਾਗਾਂ ਚ 40 ਸ਼ਬਦ ਇੱਕ ਸਲੋਕ ਗੁਰੂ ਰਵਿਦਾਸ ਮਹਾਰਾਜ ਜੀ ਦਾ ਵਿੱਚ ਲਿਖਿਆ ਪਿਆ ਹੈ। ਇਹ ਉਹੀ ਸੀ ਜਿਹੜੇ ਗੁਰੂ ਨਾਨਕ ਸਾਹਿਬ ਜਦੋਂ ਸਤਿਗੁਰ ਰਵਿਦਾਸ ਜੀ ਨੂੰ ਮਿਲਣ ਗਏ ਬਨਾਰਸ, 104 ਸਾਲ ਦੀ ਉਮਰ ਸੀ ਉਸ ਵੇਲੇ ਰਵਿਦਾਸ ਮਹਾਰਾਜ ਜੀ ਦੀ, ਉਦੋਂ 40 ਸ਼ਬਦ ਇੱਕ ਸਲੋਕ ਗੁਰੂ ਨਾਨਕ ਜੀ ਨੂੰ ਦਿੱਤਾ, ਉਹਨਾਂ ਨੇ ਪੋਥੀ ਰੂਪ ਚ ਲਿਖ ਕੇ ਫਿਰ ਨਾਲ ਹੀ ਲੈ ਲਈ ਸੀ ਬਾਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਾਣੀ ਗੁਰੂ ਅਰਜਨ ਦੇਵ ਸਾਹਿਬ ਤੱਕ ਪਹੁੰਚੀ ਜਿਹੜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਗੁਰਮੁਖ। ਅਗਲੀ ਗੱਲ, ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ, ਉਹਨਾਂ ਨੇ ਵੀ ਬਾਣੀ ਚ ਲਿਖਿਆ, ਕਹਿੰਦੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਕਹਿੰਦੇ ਰਵਿਦਾਸ ਚਮਾਰ ਸੀ, ਪਰਮਾਤਮਾ ਦੀ ਉਸਤਤੀ ਕਰਦਾ ਸੀ, ਇੱਕ ਨਿਮਖ ਵੀ ਭੁੱਲਦਾ ਨਹੀਂ ਸੀ ਰੱਬ ਨੂੰ। ਨੀਵੀਂ ਜਾਤੀ ਦਾ ਹੁੰਦਾ ਹੋਇਆ ਵੀ ਇੰਨਾ ਉੱਚਾ ਹੋ ਗਿਆ, ਚਾਰੇ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਇਹ ਸਾਰੇ ਆ ਕੇ ਰਵਿਦਾਸ ਜੀ ਦੇ ਚਰਨੀ ਪਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਜੀ ਨੂੰ ਵੀ ਕਹਿਣਾ ਪਿਆ। ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਆਪ ਬਾਣੀ ਚ ਲਿਖਿਆ, ਰਵਿਦਾਸ ਟਭੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਦੇਖੋ ਕਿੱਡਾ ਮਾਣ ਦਿੱਤਾ ਹੈ। ਤੇ ਉਸ ਵੇਲੇ ਦੇ ਮਹਾਨ ਲਿਖਾਰੀ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੀੜ ਲਿਖੀ ਸੀ ਜਿਹਨੂੰ ਆਦਿ ਗ੍ਰੰਥ ਆਖਿਆ ਗਿਆ। ਆ ਜਲੰਧਰ ਜ਼ਿਲ੍ਹੇ 'ਚ ਹੀ ਤੁਹਾਡੇ ਕਰਤਾਰਪੁਰ ਪੈਂਦਾ ਨਾ ਨਗਰ, ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਇੱਥੇ ਹੁਣ ਵੀ ਉਹ ਬੀੜ ਪਈ ਹੈ ਤੇ ਭਾਈ ਗੁਰਦਾਸ ਜੀ ਬਾਣੀ ਲਿਖਦੇ ਹੁੰਦੇ ਤੇ ਉਹਨਾਂ ਨੇ ਗੁਰਮੁਖ ਪਿਆਰਿਓ ਆਪਣੀਆਂ ਵਾਰਾਂ ਵਿੱਚ ਇਹ ਵੀ ਲਿਖਿਆ, ਵਾਰ 10ਵੀਂ ਦੇ ਵਿੱਚ ਕਹਿੰਦੇ ਭਗਤ ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਲੋਕ ਕਹਿੰਦੇ ਸੀ ਚਮਿਆਰ ਹੈ, ਚਮੜਾ ਗੰਢਦਾ ਹੈ, ਪਰ ਇਕੱਲੇ ਬਨਾਰਸ ਵਿੱਚ ਹੀ ਸੋਭਾ ਨਹੀਂ ਹੋਈ, ਚੌਹਾਂ ਕੁੰਟਾਂ ਦੇ ਵਿੱਚ ਜੈ ਜੈਕਾਰ ਹੋ ਗਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਣਾ ਗੰਢੈ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਤਾ। ਕਹਿੰਦੇ ਰਸਤੇ ਵਿੱਚ ਦੁਕਾਨ ਪਾ ਕੇ ਟੁੱਟੀਆਂ ਜੁੱਤੀਆਂ ਗੰਢਦਾ ਸੀ ਤੇ ਆਪਣੀ ਕੁਲ ਦੇ ਧਰਮ ਅਨੁਸਾਰ ਮਰੇ ਹੋਏ ਪਸ਼ੂ ਵੀ ਚੱਕਦਾ ਸੀ, ਖੱਲਾਂ ਲਾਉਂਦਾ ਚਮੜਾ ਰੰਗਦਾ, ਜੁਲੇ ਜੁੱਤੀਆਂ ਬਣਾਉਂਦਾ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਕਹਿੰਦੇ ਸੁੰਦਰ ਹੀਰਾ ਬੜਾ ਕੀਮਤੀ ਹੁੰਦਾ ਨਾ, ਹੀਰਾ ਕਿਸੇ ਮੈਲੇ ਕੱਪੜੇ ਚ ਲਪੇਟਿਆ ਪਿਆ ਹੋਵੇ, ਐਂ ਸੀ ਉੱਪਰੋਂ ਤਾਂ ਪਾਟੇ ਚੀਟੇ ਕੱਪੜੇ, ਕਿਉਂ ਜਿਹਨੇ ਹੁਣ ਮਰੇ ਪਸ਼ੂ ਚੱਕਣੇ ਹੈ, ਉਹਨਾਂ ਦਾ ਚੰਮ ਲਾਉਣਾ, ਹੱਡ ਪਰੇ ਸਿੱਟਣੇ ਆ, ਕੱਪੜੇ ਕਿੱਥੋਂ ਚਿੱਟੇ ਰਹਿਣਗੇ। ਮੈਲੇ ਹੋ ਜਾਂਦੇ ਸੀ, ਲੋਕ ਕਿਹੜਾ ਸਤਿਕਾਰ ਦਿੰਦਾ ਸੀ, ਪਰ ਕਹਿੰਦੇ ਕੱਪੜੇ ਭਾਵੇਂ ਮੈਲੇ ਸੀ ਪਰ ਹੈ ਆਏ ਸੀ
ਜਿਵੇਂ ਮੈਲੇ ਕੱਪੜੇ 'ਚ ਹੀਰਾ ਲਪੇਟਿਆ ਹੋਵੇ। ਇਹ ਭਾਈ ਗੁਰਦਾਸ ਜੀ ਦੇ ਬੋਲ ਨੇ। ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਠੀਕ ਹੈ, ਜਾਤ ਨੀਵੀਂ ਸੀ, ਕੰਮ ਕਾਜ ਨੀਚ ਸੀ, ਪਰ ਗਿਆਨ ਇੰਨਾ ਸੀ, ਖੱਤਰੀ ਬ੍ਰਾਹਮਣ ਸ਼ੂਦਰ ਵੈਸ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਦਿੱਤਾ। ਚੌਹਾਂ ਵਰਨਾਂ ਨੂੰ ਉਪਦੇਸ਼ ਦਿੱਤਾ, ਗੁਰੂ ਜੀ ਤੋਂ ਉਪਦੇਸ਼ ਲੈ ਕੇ ਕਈ ਛੱਤਰੀ ਰਾਜੇ ਵੀ ਗੁਰੂ ਦੇ ਸ਼ਰਧਾਲੂ ਬਣੇ। ਆ ਰਾਜੇ ਬੈਨ ਵਰਗੇ, ਰਾਜਾ ਨਾਗਰ ਮੱਲ, ਸਿਕੰਦਰ ਲੋਧੀ ਰਾਜਾ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ। ਆ ਤੁਗਲਕਾ ਬਾਗ ਦਿੱਲੀ ਦੇਖੋ, ਹੁਣ ਸਭ ਜਾਣਦੇ ਹੋ ਨਾ ਉੱਥੇ ਮੰਦਿਰ ਢਾਇਆ ਜਿਹੜਾ, ਉਹ ਤੁਗਲਕਾ ਬਾਗ ਉਹਨੂੰ ਤਾਂ ਕਹਿੰਦੇ ਆ ਕਿਉਂਕਿ ਪਹਿਲਾਂ ਰਾਜਾ ਸੀ ਨਾ ਜਿਹੜਾ ਇਹਨਾਂ ਦਾ, ਮੁਹੰਮਦ ਤੁਗਲਕ ਬਿਨ ਸੀ, ਉਹਦੇ ਨਾਂ ਤੇ ਤੁਗਲਕਾ ਬਾਗ ਬਣਿਆ। ਉੱਥੇ ਹੀ ਮਹਾਰਾਜ ਨਾਮਦੇਵ ਜੀ ਨੂੰ ਸੰਗਲਾਨਾ ਨੂੜ ਕੇ ਹਾਥੀ ਮੂਹਰੇ ਉੱਥੇ ਹੀ ਸਿੱਟਿਆ ਸੀ, ਜਾ ਕੇ ਦਰਸ਼ਨ ਕਰ ਲਿਓ ਕਿਤੇ। ਇਹ ਸਿਕੰਦਰ ਲੋਧੀ ਤਾਂ ਤੀਜੇ ਨੰਬਰ ਤੇ ਰਾਜਾ ਸੀ, ਤੇ ਸਿਕੰਦਰ ਲੋਧੀ ਨੇ ਖੁਸ਼ ਹੋ ਕੇ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਜਗ੍ਹਾ ਦਿੱਤੀ ਸੀ ਸਾਰੀ, ਆ ਜਿੱਥੇ ਪਿੱਛੇ ਮੰਦਿਰ ਢਾਇਆ। ਚਲੋ ਗੱਲ ਹੋਰ ਪਾਸੇ ਨਾ ਚਲੀ ਜਾਵੇ, ਖਿਆਲ ਕਰਨਾ ਜੋ ਬਚਨ ਚੱਲ ਰਿਹਾ। ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਚੌਂ ਵਰਨਾਂ ਨੂੰ ਸਰਬ ਸਾਂਝਾ ਉਪਦੇਸ਼ ਦਿੰਦੇ ਸੀ, ਤੇ ਇੱਕ ਵਾਰੀ ਕੀ ਹੋਇਆ, ਨਹਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ। ਕਹਿੰਦੇ ਮਹਾਕੁੰਭ ਲੱਗਿਆ ਸੀ ਤੇ ਕਈ ਬ੍ਰਾਹਮਣ ਇਕੱਠੇ ਹੋ ਕੇ ਗੰਗਾ ਤੇ ਨਹਾਉਣ ਵਾਸਤੇ ਜਾ ਰਹੇ ਸੀ, ਤੇ ਤੁਸੀਂ ਸੁਣੀ ਹੋਣੀ ਹੈ ਕਥਾ, ਗੰਗਾ ਜਾਂਦੇ ਜੁੱਤੀ ਗੰਢਾਉਣ ਦੇ ਬਹਾਨੇ ਰਵਿਦਾਸ ਮਹਾਰਾਜ ਕੋਲ ਬਹਿ ਗਏ, ਤੇ ਸਤਿਗੁਰ ਜੀ ਨੇ ਪੁੱਛਿਆ ਪੰਡਿਤ ਕਿੱਥੇ ਚੱਲੇ ਹੋ, ਕਹਿੰਦੇ ਵੀ ਗੰਗਾ ਚੱਲੇ ਆ ਹਰਿਦੁਆਰ ਇਸ਼ਨਾਨ ਕਰਨ। ਆ ਜੁੱਤੀ ਗੰਢ ਗਈ, ਗੰਗਾ ਰਾਮ ਕਹਿੰਦਾ ਜੁੱਤੀ ਗੰਢ ਦੇ, ਨਾਲੇ ਤਾਂ ਮਹਾਰਾਜ ਨੇ ਜੁੱਤੀ ਗੰਢ ਤੀ, ਨਾਲੇ ਕਹਿੰਦੇ ਮੈਂ ਵੀ ਜਾ ਸਕਦਾ, ਕਹਿੰਦੇ ਨਹੀਂ ਤੂੰ ਤਾਂ ਸ਼ੂਦਰ ਹੈ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਚਲੋ ਭਾਈ ਨਹੀਂ ਜਾ ਸਕਦਾ ਤੇ ਨਾ ਸਹੀ, ਮੇਰੀ ਤਾਂ ਅਵਸਥਾ ਇਹ ਹੈ ਮਨ ਚੰਗਾ ਤੋ ਕੁਠਾਲੀ ਮੈਂ ਗੰਗਾ। ਗੰਗਾ ਰਾਮ ਕਹਿੰਦਾ ਇਹ ਸੌਖਾ ਥੋੜ੍ਹੀ ਹੈ, ਕਹਿਣ ਨੂੰ ਕਹਿਣਾ ਹੀ ਹੈ, ਪਰ ਗੰਗਾ ਗੰਗਾ ਹੀ ਹੈ ਕਹਿੰਦਾ, ਅਸੀਂ ਜਾ ਕੇ ਇਸ਼ਨਾਨ ਕਰਨਾ। ਸਤਿਗੁਰ ਕਹਿੰਦੇ ਚੰਗਾ ਮੇਰੀ ਵੀ ਇੱਕ ਦਮੜੀ ਲੈ ਜਾਓ। ਕਥਾ ਤਾਂ ਲੰਬੀ ਹੈ ਪਰ ਸ਼ਬਦ ਦੀ ਵਿਚਾਰ ਚੱਲਦੀ ਹੈ, ਉਹਨੂੰ ਸਮਝ ਲਿਓ। ਤੇ ਗੰਗਾ ਰਾਮ ਕਹਿੰਦਾ ਵੀ ਹੇਠਾਂ ਰੱਖ ਦੇ, ਸਤਿਗੁਰ ਰਵਿਦਾਸ ਮਹਾਰਾਜ ਨੇ ਹੇਠਾਂ ਰੱਖਤੀ ਦਮੜੀ, ਉਹਨੇ ਨਾ ਪੈਰ ਨਾਲ ਜੁੱਤੀ ਨਾਲ ਮਿੱਟੀ 'ਚ ਘਸਾ ਕੇ ਚੱਕੀ। ਕਈ ਵਾਰੀ ਹੱਥ ਨਹੀਂ ਮੈਲੇ ਹੋ ਜਾਣ, ਆਪਾਂ ਕਹਿੰਦੇ ਹਾਂ ਮਿੱਟੀ ਨਾ ਘਸਾ ਲਓ, ਗੀਜੇ 'ਚ ਪਾ ਕੇ ਜਦੋਂ ਲੱਗੇ ਤੁਰਨ। ਰਵਿਦਾਸ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਮੇਰੀ ਦਸਾਂ ਨੌਹਾਂ ਦੀ ਕਿਰਤ ਹੈ, ਕਿਤੇ ਊਈ ਨਾ ਪਾਣੀ 'ਚ ਸਿੱਟਿਆ ਹੋ, ਤਾਂ ਦਿਓ ਜੇ ਗੰਗਾ ਬਾਹਰ ਆ ਕੇ ਲੱਗੇ। ਹੱਸੇ, ਕਿੰਨੀ ਦੁਨੀਆ ਕਹਿੰਦੇ ਜਾਂਦੀ ਹੈ, ਕੋਈ ਨਾਰੀਅਲ, ਕੋਈ ਸਿਉਂ ਨਾ, ਕੋਈ ਚਾਂਦੀ, ਕੋਈ ਪੈਸਾ ਟਕਾ, ਬਹੁਤ ਭੇਟਾਂ ਦਿੱਤੀਆਂ, ਅੱਜ ਤੱਕ ਤਾਂ ਕਿਸੇ ਦੀ ਭੇਟਾ ਗੰਗਾ ਨੇ ਇੱਦਾਂ ਲਈ ਨਹੀਂ, ਤੇਰੀ ਕਿੱਥੋਂ ਲੈ ਲੈਗੀ ਦਮੜੀ ਸ਼ੁੱਧਰ ਦੀ। ਰਵਿਦਾਸ ਮਹਾਰਾਜ ਕਹਿੰਦੇ ਜੇ ਨਾ ਲਵੇ ਫਿਰ ਆਪਾਂ ਨੂੰ ਕਿਹੜਾ ਜ਼ਰੂਰੀ ਹੈ, ਮੋੜ ਕੇ ਲਿਆ ਦਿਓ। ਚਲੇ ਗਏ, ਯਕੀਨ ਤਾਂ ਹੈ ਨਹੀਂ ਸੀ, ਪਰ ਜਦੋਂ ਇਸ਼ਨਾਨ ਵਗੈਰਾ ਕਰਕੇ ਮੰਤਰ ਪੜ੍ਹ ਕੇ ਪੰਡਿਤ ਗੰਗਾ ਰਾਮ ਨੇ ਕਿਹਾ ਨਾ ਵੀ ਹੇ ਗੰਗਾ ਮਾਤਾ,
ਆ ਇੱਕ ਰਵਿਦਾਸ ਚਮਾਰ ਜੋੜੇ ਜੁੱਤੀਆਂ ਗੰਢਣ ਵਾਲਾ ਕਹਿੰਦਾ ਗੰਗਾ ਨੂੰ ਭੇਟਾ ਦਿਓ ਪਰ ਦਿਓ ਤਾਂ ਜੇ ਪਾਣੀ ਚੋਂ ਬਾਹਰ ਆ ਕੇ ਲਵੇ। ਇੰਨੀ ਗੱਲ ਹੀ ਕਹੀ ਸੀ ਉੱਥੇ ਗੰਗਾ ਪ੍ਰਗਟ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਪਿਆਰਿਓ ਜਦੋਂ ਗੰਗਾ ਮਾਈ ਨੂੰ ਦਿੱਤੀ ਨਾ ਦਮੜੀ, ਉਹਨੇ ਵੀ ਇੱਕ ਆਪਣੇ ਵੱਲੋਂ ਬਹੁਤ ਸੋਹਣਾ ਕੰਗਣ ਸਤਿਗੁਰ ਰਵਿਦਾਸ ਮਹਾਰਾਜ ਵਾਸਤੇ ਦਿੱਤਾ। ਪਰ ਬੇਈਮਾਨੀ ਕਿੱਥੇ ਨਿਕਲਦੀ ਹੈ ਮਨਾਂ ਚੋਂ? ਮਨ ਚ ਖੋਟ ਆ ਗਿਆ, ਕਹਿੰਦਾ ਉਹ ਚਮਿਆਰ ਉਹਨੂੰ ਕੀ ਪਤਾ ਹੈ, ਕਿਸੇ ਸੁਨਿਆਰ ਨੂੰ ਪਤਾ ਇਹਦੀ ਕਦਰ ਦਾ? ਹਨ ਸੁਨਿਆਰੇ ਜਾਣਦੇ ਇਹਨਾਂ ਚੀਜ਼ਾਂ ਦੀ ਸਾਰ, ਚਮੜਾ ਰੰਗਣ ਵਾਲੜੇ ਕੀ ਜਾਣਨ ਚਮਿਆਰ। ਘਰੇ ਲੈ ਚੱਲਦੇ ਆ, ਘਰੇ ਲੈ ਗਿਆ ਬੇਈਮਾਨ ਹੋ ਗਿਆ, ਜਾ ਕੇ ਪੰਡਤਾਣੀ ਦੇ ਪਾਤਾ, ਪੰਡਤਾਣੀ ਤੋਂ ਹੌਲੀ ਹੌਲੀ ਚੰਦਰ ਭਾਨ ਰਾਜਾ ਸੀ ਉੱਥੇ ਉਹਦੀ ਰਾਣੀ ਕੋਲੇ ਚਲਿਆ ਗਿਆ। ਰਾਣੀ ਕਹਿੰਦੀ ਮੈਨੂੰ ਇਹ ਜਿਹਾ ਹੋਰ ਚਾਹੀਦਾ, ਪੰਡਿਤ ਫਸ ਗਿਆ ਕਸੂਤਾ। ਫਿਰ ਵੀ ਉਹਨੂੰ ਸਤਿਗੁਰ ਰਵਿਦਾਸ ਮਹਾਰਾਜ ਕੋਲੇ ਜਾਣਾ ਪਿਆ ਤੇ ਮੇਰੇ ਸਤਿਗੁਰ ਨੇ ਐਸੀ ਖੇਡ ਵਰਤਾਈ, ਇਹ ਪੰਡਿਤਾਂ ਦੇ ਮਨਾਂ ਚ ਜਿਹੜਾ ਵਹਿਮ ਸੀ ਨਾ ਉਹ ਕੱਢਿਆ। ਜਿਹੜਾ ਕਿਹਾ ਸੀ ਨਾ ਮਨ ਚੰਗਾ ਤੋਂ ਕੋਠਾਲੀ ਮੈਂ ਗੰਗਾ, ਉੱਥੇ ਵੀ ਫਿਰ ਰਾਜਾ ਵੀ ਗਿਆ, ਰਾਣੀ ਵੀ ਗਈ, ਕਈ ਤਮਾਸ਼ਾ ਦੇਖਣ ਵਾਲੇ ਇਕੱਠ ਬਹੁਤ ਸੀ। ਮੇਰੇ ਸਤਿਗੁਰ ਨੇ ਜਦੋਂ ਕੀਤੀ ਅਰਦਾਸ ਬੇਨਤੀ, ਜਿਹੜੀ ਬਠਲੀ ਚ ਚੰਮ ਭਿਉਂ ਭਿਉਂ ਕੇ ਜੋੜੇ ਜੁੱਤੀਆਂ ਬਣਾਉਂਦੇ ਉੱਥੇ ਵੀ ਗੰਗਾ ਪ੍ਰਗਟ ਹੋਈ ਗੁਰਮੁਖ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਉੱਥੇ ਵੀ ਗੰਗਾ ਪ੍ਰਗਟ ਹੋਈ, ਮਨ ਚੰਗਾ ਤੋ ਕੁਠਾਲੀ ਮੈਂ ਗੰਗਾ। ਆਪਾਂ ਨੂੰ ਹੀ ਦੱਸਿਆ ਸੀ, ਕਹਿੰਦੇ ਕਿਉਂ ਥਾਂ ਥਾਂ ਭਟਕਦਾ ਫਿਰਦਾ ਹੈ, ਪਹਿਲਾਂ ਆਪਣੇ ਅੰਦਰ ਝਾਤੀ ਮਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਬਚਨਾਂ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਫੇਟਾ, ਕੱਢ ਕਸੀਰਾ ਸੌਪਿਆ ਰਵਿਦਾਸੈ ਗੰਗਾ ਦੀ ਭੇਟਾ। ਉਹੀ ਜ਼ਿਕਰ ਕੀਤਾ ਭਾਈ ਗੁਰਦਾਸ ਜੀ, ਕਹਿੰਦੇ ਲੱਗਾ ਪੁਰਬ ਅਪੀਚ ਦਾ ਡਿੱਠਾ ਚਲਤ ਅਚਰਜ ਅਮੇਟਾ। ਬੜਾ ਇਕੱਠ ਸੀ ਉੱਥੇ, ਬੜੀ ਦੁਨੀਆ ਗਈ ਹੋਈ ਸੀ ਪਿਆਰਿਓ, ਸਾਰਿਆਂ ਨੇ ਇਹ ਅਸਰਜ ਹੋ ਗਏ ਦੇਖ ਕੇ ਕੌਤਕ, ਸਾਰੇ ਹੈਰਾਨ ਹੋ ਗਏ ਕੌਤਕ ਦੇਖ ਕੇ ਜਦੋਂ ਗੰਗਾ ਨੇ ਪ੍ਰਗਟ ਹੋ ਕੇ ਕੰਗਣ ਦਿੱਤਾ, ਭੇਟਾ ਆਪ ਫੜੀ। ਇਹ ਚੀਜ਼ਾਂ ਨੂੰ ਦੇਖ ਕੇ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਕਹਿੰਦੇ ਜਿਵੇਂ ਤਾਣਾ ਪੇਟਾ ਹੈ ਤਾਂ ਸੂਤ ਹੀ ਹੈ, ਇਸੇ ਤਰ੍ਹਾਂ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਵੀ ਇੱਕੋ ਹੀ ਹੈ। ਆਖੋ ਸਤਨਾਮ। ਜਿਹੜੀ ਗੰਗਾ ਦੇਖੋ ਲੱਖਾਂ ਰੁਪਇਆ ਵੀ ਨਹੀਂ ਸੀ ਕਦੇ ਪ੍ਰਗਟ ਹੋ ਕੇ ਫੜਦੀ, ਉਹਨੂੰ ਰਵਿਦਾਸ ਮਹਾਰਾਜ ਜੀ ਦੀ ਦਮੜੀ ਫੜਨੀ ਪਈ। ਭਗੀਰਥ ਨੇ ਲਿਆਂਦੀ ਸੀ ਗੰਗਾ, ਕਹਿੰਦੇ 12 ਸਾਲ ਸ਼ਿਵ ਜੀ ਦੀਆਂ ਜੱਟਾਂ ਚ ਵਗਦੀ ਰਹੀ, ਉਹ ਸਤਿਗੁਰ ਦੇ ਚਰਨਾਂ ਚ ਫਿਰਦੀ ਹੈ। ਕਿੱਡੇ ਮਾਣ ਦੀ ਗੱਲ ਹੈ, ਅੱਜ ਤਾਂ ਉਹਨਾਂ ਦੀ ਯਾਦ ਮਨਾਉਂਦੇ, ਸਭ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਤੇ ਮੇਰੇ ਸਤਿਗੁਰੂ ਨੇ
ਗੰਗਾ ਰਾਮ ਨੂੰ ਤੇ ਰਾਜੇ ਨੂੰ, ਚੰਦਰ ਪ੍ਰਤਾਪ ਰਾਜੇ ਨੂੰ ਵੀ ਇਹੀ ਕਿਹਾ ਸੀ, ਕਹਿੰਦੇ ਜੇ ਮਾਲਕ ਦੇ ਦੀਦਾਰ ਕਰਨੇ ਹੈ ਨਾ, ਪਰਮੇਸ਼ਰ ਦਾ ਦਰਸ਼ਨ ਕਰਨਾ ਹੈ, ਨਾਮ ਜਪੋ, ਸੱਚੀ ਕਿਰਤ ਕਰੋ, ਮਨ ਵਿੱਚੋਂ ਬੇਈਮਾਨੀਆਂ ਕੱਢੋ, ਘਰ ਚ ਗੰਗਾ ਆਖੋ ਸਤਨਾਮ। ਲਓ ਪੜ੍ਹ ਹੀ ਲਈਏ ਬਚਨ ਆਪਾਂ। ਸਤਿਗੁਰ ਦਾ ਕਰਨਾ ਜੇ ਦੀਦਾਰ, ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। ਜਾ ਜਾ ਕੇ ਤੀਰਥ ਨਾਵੇਂ, ਮਨ ਦੀ ਨਾ ਮੈਲ ਗਵਾਵੇਂ। ਜਾ ਜਾ ਕੇ ਤੀਰਥ ਨਾਵੇਂ, ਮਨ ਦੀ ਨਾ ਮੈਲ ਗਵਾਵੇਂ। ਜਾ ਜਾ ਕੇ ਤੀਰਥ ਨਾਵੇਂ, ਮਨ ਦੀ ਨਾ ਮੈਲ ਗਵਾਵੇਂ। ਐਵੇਂ ਕਿਉਂ ਹੁੰਨੇ ਖੱਜਲ ਖੁਆਰ, ਅੰਦਰ ਮਾਰੋ ਤਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ। 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 ਸਤਿਗੁਰ ਨੂੰ ਕੋਲ ਬਿਠਾ ਕੇ, ਲੱਭਦੇ ਫਿਰ ਬਾਹਰ ਜਾ ਕੇ। ਸਤਿਗੁਰ ਨੂੰ ਕੋਲ ਬਿਠਾ ਕੇ, ਲੱਭਦੇ ਫਿਰ ਬਾਹਰ ਜਾ ਕੇ। ਸਤਿਗੁਰ ਨੂੰ ਕੋਲ ਬਿਠਾ ਕੇ, ਲੱਭਦੇ ਫਿਰ ਬਾਹਰ ਜਾ ਕੇ। ਐਵੇਂ ਕਿਉਂ ਹੁੰਨੇ ਖੱਜਲ ਖੁਆਰ, ਅੰਦਰ ਮਾਰੋ ਛਾਤੀ। ਸਤਿਗੁਰ ਦਾ ਕਰਨਾ ਜੇ ਦੀਦਾਰ, 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 ਅੰਦਰ ਮਾਰੋ ਛਾਤੀ। ਇਹ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸਮਝਾਇਆ, ਕਹਿੰਦੇ ਜੇ ਸਤਿਗੁਰ ਦਾ ਦੀਦਾਰ ਕਰਨਾ, ਆਪਣੇ ਅੰਦਰ ਝਾਤੀ ਮਾਰ। ਪਿਆਰਿਓ, 643 ਸਾਲ ਪਹਿਲਾਂ ਸਤਿਗੁਰ ਰਵਿਦਾਸ ਮਹਾਰਾਜ ਆਏ। ਲਓ ਉਹਨਾਂ ਦਾ ਅਮਰ ਜੀਵਨ ਆਪਾਂ ਵਿਚਾਰ ਕਰੀਏ। ਯੂਪੀ ਜਿਹਨੂੰ ਉੱਤਰ ਪ੍ਰਦੇਸ਼, ਉੱਥੇ ਜ਼ਿਲ੍ਹਾ ਹੈ ਬਨਾਰਸ। ਗੁਰਮੁਖ ਬਨਾਰਸ ਜ਼ਿਲ੍ਹੇ ਵਿੱਚ ਇੱਕ ਬਸਤੀ ਪੈਂਦੀ ਹੈ ਜਿਹਨੂੰ ਸੀਰ ਗੋਵਰਧਨ ਆਖਿਆ ਜਾਂਦਾ।
ਕਾਸ਼ੀ ਦੇ ਵਿੱਚ ਵੈਸੇ ਤਾਂ ਜ਼ਿਆਦਾਤਰ ਬ੍ਰਾਹਮਣ ਰਹਿੰਦੇ ਸੀ, ਪਰ ਇਹ ਜਿਹੜੀ ਬਸਤੀ ਸੀ ਇੱਥੇ ਗਰੀਬ ਲੋਕ, ਕੁਛ ਰਵਦਾਸੀ ਸਿੱਖ, ਕੁਛ ਹੋਰ ਵੀ ਇੱਥੇ ਹੀ ਸੰਤੋਖ ਦਾਸ ਰਵਿਦਾਸ ਮਹਾਰਾਜ ਦੇ ਪਿਤਾ ਜੀ ਤੇ ਮਾਤਾ ਕਲਸਾਂ ਦੇਵੀ ਸਤਿਗੁਰ ਰਵਿਦਾਸ ਦੇ ਮਾਤਾ ਜੀ, ਦਾਦਾ ਕਾਲੂ ਰਾਮ, ਦਾਦੀ ਲਖਪਤੀ, ਇਹਨਾਂ ਦਾ ਕੰਮ ਸੀ ਗੁਰਮੁਖ ਪਿਆਰਿਓ ਮਰੇ ਹੋਏ ਪਸ਼ੂਆਂ ਨੂੰ ਚੁੱਕਣਾ, ਉਹਨਾਂ ਦੀਆਂ ਖੱਲਾਂ ਲਾਉਣੀਆਂ, ਚਮੜੇ ਤਿਆਰ ਕਰਕੇ ਜੋੜੇ, ਜੁੱਤੀਆਂ, ਪਰਸ, ਬੂਟ, ਚੱਪਲ ਬਣਾਉਣੇ। ਮਹਾਰਾਜ ਦੀ ਕਿਰਪਾ ਹੋਈ 1377 ਈਸਵੀ ਮਾਘ ਦੀ ਪੂਰਨਮਾਸ਼ੀ ਦਿਨ ਐਤਵਾਰ ਨੂੰ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਜੀ ਆ ਕੇ ਪ੍ਰਗਟ ਹੋਏ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜਦੋਂ ਸਤਿਗੁਰ ਜੀ ਆ ਕੇ ਪ੍ਰਗਟ ਹੋਏ ਕਾਸ਼ੀ ਵਿੱਚ ਰੌਣਕਾਂ ਲੱਗ ਗਈਆਂ ਪਿਆਰੇ, ਕਈ ਤਰ੍ਹਾਂ ਦੇ ਬਿਰਤਾਂਤ ਹੋਏ। ਮਾਤਾ ਕਲਸਾਂ ਦੇਵੀ ਨੇ ਵਧਾਈਆਂ ਵੰਡੀਆਂ, ਜੋ ਪੁੰਨ ਦਾਨ ਸਰਿਆ ਉਹ ਵੀ ਕੀਤਾ, ਗੁੜ ਮਾਇਆ ਵਸਤਰ ਵੰਡੇ, ਖੁਸ਼ੀ ਮਨਾਈ। ਮੇਰੇ ਸਤਿਗੁਰ ਦੀ ਪਾਲਣਾ ਕੀਤੀ। 12 ਸਾਲ ਦੀ ਉਮਰ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਹੋਇਆ ਸੀ। ਘਰਵਾਲੀ ਦਾ ਨਾਮ ਭਾਗਾਂ ਦੇਵੀ ਸੀ, ਕਈਆਂ ਨੇ ਲੋਨਾ ਦੇਵੀ ਵੀ ਆਖਿਆ, ਪਰ ਜ਼ਿਆਦਾਤਰ ਭਾਗਾਂ ਦੇਵੀ ਪ੍ਰਚਲਿਤ ਹੋਏ। ਨਾਲੇ ਤਾਂ ਚਮੜੇ ਦਾ ਕੰਮ ਕਾਰ ਕਰਨਾ ਦੁਕਾਨ ਤੇ ਜਾ ਕੇ, ਤੇ ਨਾਲੇ ਭਾਈ ਨਾਮ ਜਪਣਾ, ਤੇ ਸਾਧ ਸੰਗਤ ਜੀ ਇਹਨਾਂ ਦੇ ਘਰ ਵਿੱਚ ਇੱਕ ਸਪੁੱਤਰ ਵੀ ਪੈਦਾ ਹੋਇਆ ਜਿਹਦਾ ਨਾਮ ਵਿਜੇ ਦਾਸ ਦੱਸਿਆ ਜਾਂਦਾ। ਗ੍ਰਿਸਤ ਜੀਵਨ ਵਿੱਚ ਰਹਿੰਦੇ ਰਹੇ ਤੇ ਜਦੋਂ ਇਹ ਨਾਮ ਜਪਦੇ ਧਰਮ ਕਰਦੇ ਉਦੋਂ ਪੰਡਤਾਂ ਨੇ ਰੌਲਾ ਪਾ ਲਿਆ। ਪੰਡਿਤ ਨਾਗਰਮੱਲ ਰਾਜੇ ਕੋਲੇ ਗਏ, ਕਹਿੰਦੇ ਜੀ ਇਹ ਹੈ ਸ਼ੂਦਰ ਚਮਾਰ, ਇਹਨਾਂ ਨੂੰ ਤਾਂ ਨਾਮ ਜਪਣ ਦਾ ਹੱਕ ਹੀ ਨਹੀਂ ਹੈ। ਰਾਜੇ ਨੇ ਗੁਰਮੁਖ ਪਿਆਰਿਓ ਸਿਪਾਹੀ ਭੇਜੇ, ਸਤਿਗੁਰ ਰਵਿਦਾਸ ਜੀ ਨੂੰ ਸੱਦ ਲਿਆ। ਕਹਿੰਦੇ ਭਾਈ ਰਵਿਦਾਸ, ਆ ਬ੍ਰਾਹਮਣ ਲੋਕ ਇਤਰਾਜ ਕਰਦੇ ਆ, ਤੂੰ ਨਾਮ ਜਪਣਾ ਬੰਦ ਕਰ ਦੇ। ਰਵਿਦਾਸ ਜੀ ਕਹਿੰਦੇ ਜੀ ਮੈਨੂੰ ਵੀ ਪਰਮਾਤਮਾ ਨੇ ਇਨਸਾਨ ਬਣਾ ਕੇ ਭੇਜਿਆ, ਇੱਥੇ ਜਾਤ ਪਾਤ ਦੀ ਤਾਂ ਗੱਲ ਹੀ ਨਹੀਂ, ਮੈਂ ਵੀ ਨਾਮ ਜਪਣਾ, ਧਰਮ ਕਰਨਾ। ਤੇ ਜਿਹੜੇ ਬ੍ਰਾਹਮਣ ਸੀ ਨਾ ਉਹ ਮੈਨੂੰ ਸਿਮਰਤੀ ਲੈ ਕੇ ਗਏ, ਪੜ੍ਹ ਪੜ੍ਹ ਕੇ ਵਿਖਾਉਣ, ਦੇਖੋ ਰਾਜਾ ਜੀ ਆਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਜਿਹੜੇ ਸ਼ੂਦਰ ਲੋਕ ਨੇ ਜੇ ਇਹ ਨਾਮ ਜਪਣ ਇਹਨਾਂ ਦੀ ਜੀਵ ਕੱਟੋ, ਜੇ ਇਹ ਗਿਆਨ ਦੀ ਗੱਲ ਨਾਮ ਦੀ ਗੱਲ ਸੁਣਨ ਤਾਂ ਇਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲੋ। ਇਹ ਸਭ ਕੁਛ ਹੁੰਦਾ ਸੀ ਗੁਰੂ ਕੋਲ। ਜੇ ਚਾਹੁੰਦੇ ਹੋ ਨਾ ਵੀ ਮਾਲਕ ਦਾ ਸ਼ੁਕਰ ਕੀਤਾ ਜਾਵੇ, ਫਿਰ ਹੁਣ ਵਾਲਾ ਸਮਾਂ ਤੇ ਪੁਰਾਣਾ ਸਮਾਂ ਮਿਲਾ ਕੇ ਦੇਖਿਓ। ਆ ਬਜ਼ੁਰਗ ਬੈਠੇ ਹੈ 50-60 ਸਾਲ ਪਹਿਲਾਂ, ਹੁਣ ਵੀ ਇਹ ਕੁਛ ਹੁੰਦਾ ਸੀ ਜੇ ਕਿਸੇ ਤਕੜੇ ਦੇ ਭਾਂਡੇ ਨੂੰ ਹੱਥ ਲੱਗ ਜਾਂਦਾ ਉਹਨੂੰ ਅੱਗ 'ਚ ਮਚਾਉਂਦੇ ਗੁਰੂ ਨੇ।
ਐਸਾ ਵਿਤਕਰਾ ਸੀ। ਪਰ 650 ਸਾਲ ਪਹਿਲਾਂ ਕੀ ਹਾਲ ਸੀ, ਅੱਡੋ ਅੱਡੀ ਖੂਹ ਹੁੰਦੇ, ਤਕੜੇ ਦੇ ਖੂਹ ਤੇ ਨਹੀਂ ਸੀ ਚੜ੍ਹ ਸਕਦੇ ਪਾਣੀ ਪੀਣਾ, ਤਾਂ ਮੰਗਣ ਮੋਢਾ ਬੰਨਿਆ ਹੁੰਦਾ ਤੁਹਾਡੀਆਂ ਪੈੜਾਂ ਵੀ ਖਤਮ ਹੁੰਦੀਆਂ ਜਾਣ, ਤੇ ਜੇ ਕਿਤੇ ਤੁਰਨਾ ਹੁੰਦਾ ਮੰਨ ਲਓ ਅਲੀਪੁਰ ਤੋਂ ਜਲੰਧਰ ਨੂੰ ਜਾਣਾ, ਸ਼ੂਦਰ ਜਾਤੀ ਵਾਲੇ ਨੂੰ ਹੁਕਮ ਸੀ ਵੀ ਤੈਂ ਦੇਖਣਾ ਵੀ ਕਿਤੇ ਹਵਾ ਤਾਂ ਨਹੀਂ ਇੱਧਰੋਂ ਚੱਲ ਰਹੀ ਉੱਧਰ ਨੂੰ, ਜੇ ਹਵਾ ਚੱਲਦੀ ਹੈ ਅਲੀਪੁਰ ਤੋਂ ਜਲੰਧਰ ਵੱਲ ਨੂੰ ਤਾਂ ਫਿਰ ਇਹ ਦੇਖਣਾ ਵੀ ਤੇਰੇ ਸਾਹਮਣੇ ਕੋਈ ਉੱਚ ਜਾਤੀ ਦਾ ਬ੍ਰਾਹਮਣ ਤਾਂ ਨਹੀਂ ਆ ਰਿਹਾ, ਜੇ ਆ ਰਿਹਾ ਤਾਂ ਸ਼ੂਦਰ ਜਾਤੀ ਦੇ ਨੂੰ ਕਿਹਾ ਸੀ ਵੀ ਤੈਂ ਉਹਨਾਂ ਚਿਰ ਅੰਦਰ ਲੁਕਣਾ ਜਿੰਨਾ ਚਿਰ ਉਹ ਲੰਘ ਨਾ ਜਾਵੇ। ਦੇਖੋ ਕੁੱਤਾ ਲੰਘ ਜੇ, ਸੂਰ ਲੰਘ ਜੇ, ਗਧਾ ਲੰਘ ਜੇ, ਕੋਲ ਦੀ ਕੋਈ ਦੁੱਖ ਨਹੀਂ ਸੀ, ਤੇ ਰੱਬ ਦੀ ਬਣਾਏ ਇਨਸਾਨਾਂ 'ਚ ਇਹ ਜੀਆਂ ਵੰਡੀਆਂ ਪਾ ਦਿੱਤੀਆਂ। ਅਰੇ ਤਾਂ ਸ਼ੁਕਰ ਕਰਿਆ ਕਰੋ ਗੁਰੂ ਰਵਿਦਾਸ ਮਹਾਰਾਜ ਦਾ, ਜਿਨ੍ਹਾਂ ਦੀ ਭਗਤੀ ਨੂੰ ਫਲ ਲੱਗੇ, ਕ੍ਰਾਂਤੀਕਾਰੀ ਲਹਿਰ ਉੱਥੋਂ ਸ਼ੁਰੂ ਹੋਈ। ਉਹ ਜਾਤ ਪਾਤ ਦਾ ਬੋਲਬਾਲਾ, ਬੜਾ ਵਹਿਮਾਂ ਭਰਮਾਂ ਦਾ ਜਾਲ ਵਿਛਿਆ ਸੀ, ਉਹ ਗੁਲਾਮੀ ਦੀਆਂ ਜੰਜੀਰਾਂ ਗੁਰੂ ਰਵਿਦਾਸ ਮਹਾਰਾਜ ਨੇ ਕੱਟੀਆਂ। ਗੁਰੂ ਅੱਜ ਦੁਨੀਆਂ ਵਿੱਚ ਬੋਲਣ ਜੋਗੇ ਕਰਤਾ, ਅੱਜ ਉੱਚੇ ਉੱਚੇ ਅਹੁਦਿਆਂ ਤੇ ਸਾਡੇ ਵੀਰ, ਕੋਈ ਡਾਕਟਰ ਬਣਿਆ ਬੈਠਾ, ਕੋਈ ਮਾਸਟਰ ਬਣਿਆ ਬੈਠਾ, ਪੁਲਿਸ ਮਹਿਕਮੇ 'ਚ ਕਿੱਡੇ ਕਿੱਡੇ ਅਫਸਰ ਬਣੇ ਹੋਏ ਨੇ, ਕੋਈ ਵਕੀਲ ਬਣਿਆ, ਕੋਈ ਜੱਜ ਸਾਹਿਬ ਬਣਿਆ, ਕਿੱਥੋਂ ਤੱਕ ਪਹੁੰਚ ਗਏ ਗੁਰੂ। ਤੇ ਉੱਚਾ ਸੁੱਚਾ ਅਹੁਦਾ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਜਿਨ੍ਹਾਂ ਨੂੰ ਦੁਨੀਆਂ ਸ਼ੂਦਰ ਕਹਿੰਦੀ ਸੀ, ਨਾਮ ਨਹੀਂ ਜਪ ਸਕਦੇ। ਸਤਿਗੁਰਾਂ ਨੇ ਨਾਮ ਜਪਣ ਜਪਾਉਣ ਦੀ ਡਿਊਟੀ ਜ਼ਿਆਦਾਤਰ ਇਹਨਾਂ ਨੂੰ ਦਿੱਤੀ। ਗੁਰੂ ਕਰੀ ਚੱਲੋ ਨਫ਼ਰਤ, ਪਰ ਇਹ ਵੀ ਯਾਦ ਰੱਖਿਓ, ਇਤਿਹਾਸ ਪੜ੍ਹੋ, ਕਿਤੇ ਆਪਾਂ ਨਫ਼ਰਤ ਨਾ ਪਾ ਕੇ ਬਹਿ ਜਾਈਏ। ਸਤਿਗੁਰ ਰਵਿਦਾਸ ਮਹਾਰਾਜ ਵਰਗਾ ਜੀਵਨ ਬਣਾਓ, ਜਿਹੜਾ ਵਿਰੋਧ ਕਰਦਾ ਸੀ ਉਦੋਂ ਜ਼ਰੂਰ ਜਾ ਕੇ ਉਹਦੀ ਤਸੱਲੀ ਕਰਾਈ, ਪਰ ਇਹ ਨਹੀਂ ਸੀ ਵੀ ਹਰ ਵੇਲੇ ਫਿਰ ਉਹਦਾ ਹੀ ਬੁਰਾ ਸੋਚੀ ਜਾਣਾ। ਇੱਥੇ ਤਾਂ ਮਾੜੀ ਜੀ ਕੋਈ ਗੱਲ ਕਹਿ ਦੇ, ਆਪਦਾ ਕੰਮ ਭਾਵੇਂ ਛੱਡਣਾ ਹੀ ਪੈ ਜੇ, ਕਹਿੰਦੇ ਇਹਨੂੰ ਨਹੀਂ ਵਸਣ ਦੇਣਾ, ਵੀ ਫਿਰ ਕੀ ਹੋਜੂ ਬਈ। ਜਿਨ੍ਹਾਂ ਨੇ ਦੂਜਿਆਂ ਨੂੰ ਉਜਾੜਨਾ ਚਾਹਿਆ, ਇੱਥੇ ਕੱਖ ਵੀ ਨਹੀਂ ਰਿਹਾ। ਛੋਟੇ ਮੋਟੇ ਰਾਜਿਆਂ ਦੀ ਤਾਂ ਛੱਡੋ, ਔਰੰਗਜ਼ੇਬ ਕਿੱਡਾ ਬਾਦਸ਼ਾਹ ਕਹਾਉਂਦਾ ਸੀ, ਹੈ ਕਿਤੇ ਕੋਈ ਨਾਮ ਨਿਸ਼ਾਨ। ਸਾਧ ਸੰਗਤ ਜੀ, ਜਿਨ੍ਹਾਂ ਨੇ ਧਰਮ ਕੀਤਾ, ਨਾਮ ਜਪਿਆ, ਉਹਨਾਂ ਦੇ ਮੇਲੇ ਲੱਗਦੇ ਆ। ਬਨਾਰਸ ਕਈ ਗਏ ਹੋਣਗੇ, ਰਾਜੇ ਨਾਗਰਮੱਲ ਨੂੰ ਪੁੱਛਦਾ ਕੋਈ ਉੱਥੇ, ਕਿਲ੍ਹਾ ਤਾਂ ਹੈਗਾ ਪਰ ਖੰਡਰਾਤ ਪਿਆ, ਉਜਾੜੀ ਪਿਆ, ਤੇ ਜਿੱਥੇ ਸਤਿਗੁਰ ਚਰਨ ਪਾ ਗਏ, ਗਿਣਤੀ ਹੋਈ ਕੋਈ ਨਹੀਂ ਕਿੰਨੀ ਕੁ ਦੁਨੀਆ ਜਾ ਉੱਥੇ ਮੱਥੇ ਟੇਕਦੀ ਹੈ, ਕਿੰਨੇ ਕੁ ਚੜਾਵੇ ਚੜ੍ਹਦੇ ਆ, ਕਿੰਨੇ ਕੁ ਲੰਗਰ ਲੱਗਦੇ ਆ, ਸਿਉਨੇ ਦੀਆਂ ਪਾਲਕੀਆਂ ਆ ਟ੍ਰੇਨਾਂ ਭਰ ਭਰ ਦਰਸ਼ਨਾਂ ਨੂੰ ਜਾ ਰਹੀ ਹੈ। ਇਹ ਨਾਮ ਦੀ ਮਹਿਮਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾੜੀ ਗੱਲ ਇਹ ਹੈ ਵੀ ਨਾਮ ਆਪਾਂ ਜਪਣਾ, ਕੋਈ ਕੋਈ ਹੋਊ ਜਿਹੜਾ ਕਹੇ ਵੀ ਕੰਮ ਧੰਦਾ ਠੀਕ ਹੈ ਕਰਾਂਗੇ, ਜਿਹੇ ਜਿਹਾ ਮਾਲਕ ਨੇ ਕਿਰਤ ਦਿੱਤੀ ਹੈ, ਪਰ ਭਜਨ ਜ਼ਰੂਰੀ ਹੈ। ਗੁਰੂ ਰਵਿਦਾਸ ਮਹਾਰਾਜ ਜਦੋਂ ਗਏ ਨਾ ਗੁਰਮੁਖੋ ਨਾਗਰ ਮੱਲ ਦੇ ਪੰਡਿਤ ਮੰਨੂ ਸਿਮਰਤੀ ਪੜ੍ਹ ਪੜ੍ਹ ਸੁਣਾਉਣ, ਇਹਨਾਂ ਨੂੰ ਤਾਂ ਹੱਕ ਹੀ ਨਹੀਂ ਜੀ ਕਹਿੰਦੇ ਨਾਮ ਜਪਣ ਦਾ, ਇਹ ਧਰਮ ਨਹੀਂ ਕਰ ਸਕਦੇ, ਪੂਜਾ ਨਹੀਂ ਕਰ ਸਕਦੇ। ਤੇ ਰਾਜਾ ਨਾਗਰ ਮੱਲ ਕਹਿੰਦਾ ਵੀ ਹੁਣ ਕੀ ਕਰੀਏ। ਫਿਰ ਵਜ਼ੀਰ ਨੇ ਸਲਾਹ ਦਿੱਤੀ ਵੀ ਇਹਨਾਂ ਨੂੰ ਕਹੋ ਆਪੋ ਆਪਣੇ ਠਾਕੁਰ ਲੈ ਕੇ ਆਓ।
ਨਦੀ ਚ ਛੱਡ ਦਿਆਂਗੇ, ਦੂਜੇ ਪਾਸੇ ਜਿਹਦੇ ਠਾਕੁਰ ਤੈਰ ਕੇ ਕੋਲ ਆ ਗਏ ਉਹਦੀ ਗੱਲ ਮੰਨ ਲਾਂਗੇ ਆਪਾਂ। ਤੇ ਸ਼ਰਤ ਰੱਖਤੀ ਵੀ ਜਿਹੜਾ ਹਾਰ ਗਿਆ ਉਹ ਜਿੱਤੇ ਹੋਏ ਨੂੰ ਪਾਲਕੀ ਚ ਰੱਖ ਕੇ ਘੁਮਾਊਗਾ ਬਨਾਰਸ ਵਿੱਚ। ਤੇ ਉਸ ਵੇਲੇ ਈਰਖਾਵਾਦੀਆਂ ਦੀ ਹਾਰ ਹੋਈ। ਗੁਰੂ ਜਿਹੜੇ ਬ੍ਰਾਹਮਣ ਸੀ ਨਾ ਉਹਨਾਂ ਦੇ ਜਿਹੜੀਆਂ ਵੀ ਮੂਰਤਾਂ ਲੈ ਕੇ ਗਏ ਉਹ ਡੁੱਬ ਗਈਆਂ ਪਾਣੀ 'ਚ। ਇੱਥੋਂ ਤੱਕ ਕਿ ਰੂੰ ਦੇ ਗਲੋਟੇ ਬਣਾ ਬਣਾ ਵੀ ਛੱਡੇ ਉਹ ਵੀ ਡੁੱਬ ਗਏ। ਕਾਰਨ ਕੀ ਸੀ? ਆਰਤੀ ਝੂਠੀ ਨਹੀਂ ਸੀ, ਮੰਤਰ ਵੀ ਸੱਚੇ ਸੀ, ਪਰ ਪੜ੍ਹਨ ਵਾਲਿਆਂ ਦੀ ਨੀਤ ਗਲਤ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਿਆਰੇ ਉਹਨਾਂ ਦੇ ਮਨ ਵਿੱਚ ਤਾਂ ਸੀਗੀ ਈਰਖਾ, ਕਿੱਥੇ ਧਿਆਨ ਟਿਕਦਾ ਸੀ। ਮੰਤਰ ਜ਼ਰੂਰ ਪੜ੍ਹਦੇ ਸੀ ਪਰ ਧਿਆਨ ਤਾਂ ਰਵਿਦਾਸ ਮਹਾਰਾਜ ਵੱਲ ਸੀ, ਕਿਵੇਂ ਨੀਵਾਂ ਦਿਖਾਈਏ ਤੇ ਰੱਬ ਨੂੰ ਇਹ ਕਿੱਥੇ ਮਨਜ਼ੂਰ ਹੁੰਦਾ। ਤੇ ਮੇਰੇ ਸਤਿਗੁਰ ਨੇ ਜਦੋਂ ਕੀਤੀ ਅਰਦਾਸ, ਸਾਢੇ ਤਿੰਨ ਮਨ ਦੀ ਪੱਥਰੀ ਪਾਣੀ ਦੇ ਉੱਤੇ ਤੈਰ ਕੇ ਸਤਿਗੁਰ ਦੇ ਕੋਲ ਆਈ ਸੀ ਗੁਰਮੁਖੋ। ਬੋਲੇ ਸੋ ਨਿਰਭੈ ਰਵਿਦਾਸ ਮਹਾਰਾਜ ਕੀ ਜੈ। ਰਵਿਦਾਸ ਮਹਾਰਾਜ ਦੀ ਹੋਈ ਜਿੱਤ। ਰਾਜਾ ਨਾਗਰ ਮੱਲ ਕਹਿੰਦਾ ਤੁਸੀਂ ਜਿੱਤ ਗਏ, ਹੁਣ ਦੱਸੋ ਕੀ ਚਾਹੁੰਦੇ ਹੋ। ਸਤਿਗੁਰ ਕਹਿੰਦੇ ਮੇਰੀ ਬਰਾਦਰੀ ਨੂੰ ਵੀ ਧਰਮ ਕਰਨ ਦਾ ਹੱਕ ਹੋਣਾ ਚਾਹੀਦਾ ਹੈ, ਨਾਮ ਜਪਣ ਦਾ ਹੱਕ ਹੋਣਾ ਚਾਹੀਦਾ ਹੈ, ਸਾਨੂੰ ਕੋਈ ਧਰਮ ਕਾਰਜ ਪੂਜਾ ਪ੍ਰਤਿਸ਼ਠਾ ਤੋਂ ਰੋਕੇ ਨਾ। ਉਦੋਂ ਹੱਕ ਮਿਲਿਆ ਸੀ ਪਹਿਲਾਂ। ਤੇ ਰਾਜਾ ਨਾਗਰ ਮੱਲ ਕਹਿੰਦਾ ਲਓ ਬਈ ਸ਼ਰਤੇ ਰੱਖੀ ਸੀ, ਜਿਹੜਾ ਹਾਰੂਗਾ ਉਹ ਜਿੱਤੇ ਹੋਏ ਨੂੰ ਪਾਲਕੀ 'ਚ ਰੱਖ ਕੇ ਘੁਮਾਊਗਾ। ਫਿਰ ਉਦੋਂ ਬ੍ਰਾਹਮਣਾਂ ਨੇ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਨੂੰ ਪਾਲਕੀ ਵਿੱਚ ਰੱਖ ਕੇ ਨਾ ਬਿਠਾ ਕੇ ਪਾਲਕੀ ਵਿੱਚ ਬਨਾਰਸ ਦੀ ਗਲੀ ਗਲੀ ਘੁਮਾਇਆ ਸੀ। ਆ ਜਿਹੜਾ ਨਗਰ ਕੀਰਤਨ ਕਰੀਦਾ ਨਾ, ਇਹ ਪਹਿਲਾ ਨਗਰ ਕੀਰਤਨ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਉਦੋਂ ਹੋਇਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੇਰੇ ਸਤਿਗੁਰ ਦੀ ਨਿਮਰਤਾ ਵੇਖ ਲਓ। ਕਹਿੰਦੇ ਨੇ ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਹੈ ਡੰਡੌਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਹੇ ਮਾਲਕਾ ਮੈਂ ਅਨਮਾਣਾ, ਮੈਨੂੰ ਤਾਂ ਦੁਨੀਆ ਨੀਚ ਕਹਿੰਦੀ ਹੈ, ਪਰ ਆਹ ਜਿਹੜੀ ਕਿਰਪਾ ਹੋਈ ਅੱਜ ਮੇਰਾ ਮਾਣ ਤਾਣ ਸਤਿਕਾਰ ਹੋਇਆ, ਆਹ ਸਭ ਤੇਰੇ ਨਾਮ ਦੀ ਮਹਿਮਾ। ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਵਡਿਆਈਆਂ, ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ, ਨਾਮ ਦੀਆਂ ਵਡਿਆਈਆਂ।
ਸਭ ਵਡਿਆਈਆਂ ਤੇਰੀਆਂ ਸਾਨੂੰ ਮੂਰਖਾਂ ਨੂੰ ਕੋਈ ਨਹੀਂ ਸੀ ਜਾਣਦਾ ਸਭ ਵਡਿਆਈਆਂ ਤੇਰੀਆਂ ਸਾਨੂੰ ਮੂਰਖਾਂ ਨੂੰ ਕੋਈ ਨਹੀਂ ਸੀ ਜਾਣਦਾ ਸਭ ਵਡਿਆਈਆਂ ਤੇਰੀਆਂ ਇਹ ਬਚਨ ਸਤਿਗੁਰ ਜੀ ਨੇ ਕਹੇ ਮਾਲਕਾ ਇਹ ਸਭ ਤੇਰੇ ਨਾਮ ਦੀ ਮਹਿਮਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਮਿਲ ਗਿਆ ਹੱਕ ਫਿਰ ਸਤਿਗੁਰ ਜੀ ਨੇ ਭਜਨ ਕਰਨਾ ਸੰਗਤ ਬਹੁਤ ਆਉਣ ਲੱਗ ਗਈ ਇੱਥੋਂ ਤੱਕ ਕਿ ਰਾਜੇ ਨਾਗਰ ਮੱਲ ਵਰਗੇ ਚੰਦਰ ਭੂਪ ਵਰਗੇ ਮੀਰਾਂ ਬਾਈ ਰਾਣੀ ਝਾਲੀ ਰਾਜਾ ਬੈਨ ਹੋਰ ਬਹੁਤ ਸਤਿਗੁਰ ਦੇ ਸ਼ਰਧਾਲੂ ਬਣ ਗਏ ਤੇ ਜਦੋਂ ਆਲੇ ਦੁਆਲੇ ਹੋ ਗਈ ਸੋਭਾ ਤੇ ਉਸ ਵੇਲੇ ਗੁਰਮੁਖ ਪਿਆਰਿਓ ਯੋਗੀਆਂ ਦੇ ਵਿੱਚੋਂ ਪੂਜਨੀਕ ਸਿੱਧਾਂ ਵਿੱਚੋਂ ਵੱਡਾ ਸਿੱਧ ਜਿਹਨੂੰ ਗੁਰੂ ਗੋਰਖਨਾਥ ਆਖਿਆ ਜਾਂਦਾ ਆਪਣੇ ਤਾਂ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਸਿੱਧ ਨਾਥ ਉਹ ਗੋਰਖਨਾਥ ਨੂੰ ਗੁਰੂ ਮੰਨਦੇ ਸੀਗੇ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਬਾਣੀ ਚ ਵੀ ਲਿਖੀ ਪਰ ਉਹ ਕਹਿੰਦੇ ਸੀ ਇਹ ਸਾਡਾ ਗੁਰੂ ਹੈ ਸਾਨੂੰ ਗਿਆਨ ਦਿੰਦਾ ਤੇ ਗੋਰਖਨਾਥ ਕੋਲੇ ਰਿਧੀਆਂ ਸਿੱਧੀਆਂ ਬਹੁਤ ਤੇ ਸ਼ਕਤੀ ਦਿਖਾ ਦਿਖਾ ਕੇ ਦੁਨੀਆਂ ਨੂੰ ਭਰਮਾਉਂਦਾ ਤੇ ਹੁਣ ਜਿਹੜੇ ਇੱਦਾਂ ਦੀ ਸ਼ਕਤੀ ਵਾਲੇ ਸੀ ਉਹਨਾਂ ਨੂੰ ਸਤਿਗੁਰ ਨੇ ਇੱਦਾਂ ਦੀ ਸ਼ਕਤੀ ਦਿਖਾ ਕੇ ਹੀ ਫਿਰ ਉਹਨਾਂ ਦਾ ਮਾਣ ਤੋੜਿਆ ਗੁਰੂ ਇਹ ਨਹੀਂ ਵੀ ਕਰਾਮਾਤ ਨਹੀਂ ਦਿਖਾਈ ਦਿਖਾਈ ਜਿੱਥੇ ਕੋਈ ਕਰਾਮਾਤੀ ਜਾਂ ਮਿਲਿਆ ਉਹਨੂੰ ਕਰਾਮਾਤ ਦਿਖਾ ਕੇ ਭਲਾ ਕੀਤਾ ਜਿਹੜਾ ਕੋਈ ਗੱਲੀ ਬਾਤੀ ਸਮਝਣ ਵਾਲਾ ਸੀ ਉਹਨੂੰ ਇੱਦਾਂ ਸਮਝਾ ਲੈਂਦੇ ਸੀ ਹੁਣ ਸਾਧ ਸੰਗਤ ਜੀ ਗੋਰਖਨਾਥ ਨੇ ਜਦੋਂ ਸੁਣੀ ਨਾ ਗੱਲ ਕਿ ਬਨਾਰਸ ਦੇ ਵਿੱਚ ਚਮਾਰ ਜਾਤੀ ਦਾ ਬੰਦਾ ਨਾਮ ਹੈ ਉਹਦਾ ਰਵਿਦਾਸ ਉਹਦੇ ਤਾਂ ਕਈ ਰਾਜੇ ਵੀ ਸ਼ਰਧਾਲੂ ਬਣ ਗਏ ਮੈਂ ਵੇਖਣਾ ਚਾਹੁੰਦਾ ਕਿੰਨੀ ਕੁ ਸ਼ਕਤੀ ਵਾਲਾ ਆਪ ਚਲੇ ਗਏ ਗੁਰਮੁਖੋ ਬਨਾਰਸ ਬਸ ਆਹੀ ਫਰਕ ਸੀ ਉਹ ਕਹਿੰਦੇ ਸੀ ਮੈਂ ਉਹਨੂੰ ਝੁਕਾਉਣ ਚੱਲਿਆ ਗੁਰੂ ਰਵਿਦਾਸ ਮਹਾਰਾਜ ਕਿਸੇ ਨੂੰ ਨੀਵਾਂ ਦਿਖਾਉਣ ਕਿਤੇ ਵੀ ਨਹੀਂ ਗਏ ਕਿਤੇ ਵੀ ਨਹੀਂ ਗਏ ਗੁਰੂ ਜਿੱਥੇ ਵੀ ਗਏ ਨਾਮ ਜਪਿਆ ਧਰਮ ਕੀਤਾ ਦੁਨੀਆਂ ਦਾ ਭਲਾ ਕੀਤਾ ਸੱਚੇ ਰਾਹ ਪਾਇਆ ਲੋਕਾਂ ਨੂੰ ਤੇ ਨਾ ਹੀ ਕਿਸੇ ਨੂੰ ਇਹ ਕਿਹਾ ਸੀ ਵੀ ਮੇਰਾ ਚੇਲਾ ਬਣ ਜਾ ਉਪਦੇਸ਼ ਕਿਰਤ ਕਰਨੀ ਨਾਮ ਜਪਣਾ
ਹੁਣ ਜਦੋਂ ਗੋਰਖਨਾਥ ਜੀ ਆ ਗਏ ਬਨਾਰਸ, ਪੁੱਛਦੇ ਪਛਾਉਂਦੇ ਚਲੇ ਗਏ ਰਵਿਦਾਸ ਮਹਾਰਾਜ ਦੀ ਦੁਕਾਨ ਤੇ, ਤੇ ਸਤਿਗੁਰ ਬੈਠੇ ਜੋੜੇ ਜੁੱਤੀਆਂ ਗੰਢੀ ਜਾਣ, ਤੇ ਗੋਰਖਨਾਥ ਨੇ ਆਪਣੇ ਚਰਨਾਂ ਦਾ ਜੁੱਤਾ ਦਿੱਤਾ, ਕਹਿੰਦੇ ਜੀ ਇਹਨੂੰ ਗੰਢੋ, ਮੇਰੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਜੁੱਤਾ ਗੰਢਿਆ। ਗੁਰੂ ਜਦੋਂ ਜੁੱਤਾ ਗੰਢ ਕੇ ਗੋਰਖਨਾਥ ਨੂੰ ਦਿੱਤਾ, ਲਓ ਮਹਾਤਮਾ ਜੀ ਪਹਿਨੋ, ਤੇ ਉਸ ਵੇਲੇ ਗੋਰਖਨਾਥ ਨੇ ਸਤਿਗੁਰ ਰਵਿਦਾਸ ਨੂੰ ਭਰਮਾਉਣਾ ਚਾਹਿਆ, ਪਤਾ ਕੀ ਕੀਤਾ, ਇੱਕ ਪਾਰਸ ਚੱਕਿਆ ਉਹ ਗੁਰੂ ਰਵਿਦਾਸ ਜੀ ਨੂੰ ਦਿੱਤਾ, ਗੋਰਖਨਾਥ ਨੇ ਦਿੱਤਾ ਸੀ ਪਾਰਸ, ਕਹਿੰਦੇ ਤੇਰੇ ਵਿੱਚ ਕਲਾ ਕਿਰਤ ਕਰਦਾ ਹੈ ਤੇ ਮਹਿਮਾ ਵੀ ਤੇਰੀ ਮੈਂ ਕਾਫੀ ਸੁਣੀ, ਪਰ ਗਰੀਬ ਹੈ, ਝੌਂਪੜੀ ਪਾ ਕੇ ਬੈਠਾ, ਸੁਣਿਆ ਵੀ ਤੇਰੇ ਕੋਲੇ ਸਾਧੂ ਸੰਤ ਵੀ ਆਉਂਦੇ ਨੇ, ਉਹਨਾਂ ਨੂੰ ਛਕਾਉਣ ਵਾਸਤੇ ਭੋਜਨ ਪਾਣੀ ਭੰਡਾਰਾ ਵੀ ਜ਼ਰੂਰੀ ਹੈ, ਆ ਮੈਂ ਤੈਨੂੰ ਪਾਰਸ ਦਿੰਦਾ, ਅੱਠਾਂ ਧਾਤਾਂ ਵਿੱਚੋਂ ਜਿਹਨੂੰ ਵੀ ਲਾਓਗੇ ਉਹਨੂੰ ਸੋਨਾ ਬਣਾ, ਅਮੀਰ ਬਣ ਜਾ। ਰਵਿਦਾਸ ਮਹਾਰਾਜ ਜੀ ਨੇ ਜਦੋਂ ਦੇਖਿਆ ਨਾ ਪਾਰਸ, ਤੇ ਮੁੱਖੋਂ ਸ਼ਬਦ ਨਿਕਲਿਆ, ਕਹਿੰਦੇ ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ ਅਪਾਰ, ਪ੍ਰੇਮ ਭਗਤ ਕੈ ਕਾਰਨ ਹੈ ਕਹੁ ਰਵਿਦਾਸ ਚਮਾਰ। ਕਹਿੰਦੇ ਹੈ ਤਾਂ ਜੋਗੀ, ਹੈ ਵੀ ਮਹਾਨ, ਪਰ ਇਹ ਵੀ ਅਜੇ ਮੋਹ ਮਾਇਆ ਦੇ ਚੱਕਰ 'ਚ ਹੀ ਫਸਿਆ, ਪਰਮਾਤਮਾ ਤੇਰੇ ਬਾਰੇ ਇਹਨੇ ਵੀ ਨਹੀਂ ਜਾਣਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਰਖਨਾਥ ਨੂੰ ਕਹਿੰਦੇ ਜੋਗੀ ਜੀ, ਮਹਾਰਿਸ਼ੀ ਜੀ, ਮੈਂ ਕੋਈ ਮਾਇਆ ਦੀ ਖਾਤਰ ਕੰਮ ਨਹੀਂ ਕਰਦਾ, ਮੈਂ ਪੈਸੇ ਵਾਸਤੇ ਨਹੀਂ ਫਿਰਦਾ, ਠੀਕ ਆ ਉਪਜੀਵਿਕਾ ਚਲਾਉਣ ਵਾਸਤੇ ਕਿੱਤਾ ਜ਼ਰੂਰੀ ਹੈ, ਮੈਂ ਕਰਦਾ ਕਿਰਤ, ਪਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਆ ਪਾਰਸ ਜਿਹਨੂੰ ਲੱਗੂ ਸੋਨਾ ਬਣਾਈ ਜਾਓ, ਮੈਨੂੰ ਨਹੀਂ ਇਹ ਚਾਹੀਦਾ, ਮੇਰਾ ਤਾਂ ਪਰਮਾਤਮਾ ਨਾਲ ਪ੍ਰੇਮ ਹੈ, ਪ੍ਰੇਮ ਭਗਤ ਕੈ ਕਾਰਨ ਹੈ, ਪ੍ਰੇਮ ਕਰਕੇ ਮੈਂ ਉਹਦਾ ਨਾਮ ਜਪਦਾ, ਕੋਈ ਮਾਇਆ ਕਰਕੇ ਨਹੀਂ, ਠੀਕ ਆ ਚਮਾਰ ਹਾਂ, ਪਰ ਮਾਲਕ ਹਿਰਦੇ 'ਚ ਬੈਠਾ, ਘਾਟਾ ਮੇਰੇ ਕੋਲੇ ਵੀ ਨਹੀਂ ਕਹਿੰਦੇ ਕੋਈ, ਕਹਿੰਦਾ ਕੀ ਮੈਨੂੰ ਤਾਂ ਕੁਛ ਦਿਖਦਾ ਨਹੀਂ, ਲੈ ਫਿਰ ਐਂ ਕਰ ਜੇ ਪਾਰਸ ਨਹੀਂ ਲੈਣਾ, ਬਗਲੀ ਪਾਈ ਹੁੰਦੀ ਸੀ ਕੱਪੜੇ ਦੀ, ਉਹ ਝੋਲੀ ਜੀ ਬਣਾ ਕੇ ਪਾਉਂਦੇ ਆ ਨਾ ਮੋਢੇ 'ਚ, ਤੇ ਸਤਿਗੁਰ ਰਵਿਦਾਸ ਮਹਾਰਾਜ ਨੂੰ ਕਹਿੰਦਾ ਆ ਲਓ ਜੋ ਚਾਹੀਦਾ ਇਹਦੇ ਵਿੱਚੋਂ ਲੈ ਲਓ, ਤੇ ਜਦੋਂ ਬਗਲੀ ਦੇ ਵਿੱਚ ਰਵਿਦਾਸ ਮਹਾਰਾਜ ਜੀ ਨੇ ਦੇਖਿਆ ਉਹਦੇ ਵਿੱਚ ਹੀਰੇ ਮੋਤੀ ਰਤਨ ਜਵਾਹਰਾਤ ਇਹ ਭਰੇ ਭਰੇ, ਤੇ ਮੇਰੇ ਸਤਿਗੁਰ ਕਹਿੰਦੇ ਨਾਥ ਜੀ ਕਿਹੜੀਆਂ ਚੀਜ਼ਾਂ ਵਿੱਚ ਫਸੇ ਪਏ ਹੋ, ਆ ਸਾਡੀ ਬਠਲੀ ਵੱਲ ਮਾਰੋ ਨਾ ਨਿਗਾਹ। ਜਦੋਂ ਗੋਰਖਨਾਥ ਨੇ ਸਤਿਗੁਰ ਰਵਿਦਾਸ ਦੀ ਬਠਲੀ 'ਚ ਦੇਖਿਆ, ਪਾਣੀ ਦੀ ਥਾਂ ਤੇ ਹੀਰੇ ਮੋਤੀ ਰਤਨ ਜਵਾਹਰਾਤ ਉੱਥੇ ਵੀ ਭਰੇ ਪਏ, ਬੋਲੇ ਸੋ ਨਰਪਾਏ ਗੁਰੂ ਰਵਿਦਾਸ ਮਹਾਰਾਜ ਕੀ ਜੈ। ਉੱਥੇ ਗੁਰਮੁਖ ਪਿਆਰਿਓ ਫਿਰ ਮਹਾਰਾਜ ਨੇ ਬਚਨ ਵੀ ਪੜਿਆ,
ਕਹਿੰਦੇ ਗੋਰਖ ਨਾਥ ਜੀ ਕਿਹੜੀ ਮੋਹ ਮਾਇਆ ਚ ਫਸੇ ਪਏ ਹੋ, ਘਰ ਵੀ ਛੱਡਿਆ ਭਗਤੀ ਵੀ ਕੀਤੀ ਤੇ ਹਜੇ ਸਿਉਨੇ ਚਾਂਦੀ ਚ ਫਸੇ ਪਏ ਹੋ। ਹੀਰੇ ਮੋਤੀ ਚੰਗੇ ਲੱਗਦੇ ਆ, ਇਹ ਤਾਂ ਛੋਟੀਆਂ ਚੀਜ਼ਾਂ, ਇਦੂ ਅੱਗੇ ਵੀ ਬਹੁਤ ਕੁਛ ਹੈਗਾ। ਉਦੋਂ ਫਿਰ ਆ ਸ਼ਬਦ ਉਚਾਰਿਆ, ਕੂਪ ਭਰੇ ਹੋ ਜੈਸੇ ਦਾਦਰਾ, ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ਼ ਆਰਾ ਪਾਰ ਨਾ ਸੂਝ। ਕਹਿੰਦੇ ਜਿਵੇਂ ਖੂਹ ਦਾ ਡੱਡੂ ਹੁੰਦਾ ਨਾ, ਉਹ ਉਸੇ ਨੂੰ ਹੀ ਸਭ ਕੁਛ ਮੰਨੀ ਬੈਠਾ, ਆਲੇ ਦੁਆਲੇ ਦਾ ਪਤਾ ਹੀ ਨਹੀਂ ਹੁੰਦਾ। ਜਿਵੇਂ ਇੱਕ ਵਾਰੀ ਕੋਈ ਡੱਡੂ ਸਮੁੰਦਰ ਚ ਰਹਿੰਦਾ ਰਹਿੰਦਾ ਮੀਂਹ ਦੇ ਕਾਰਨ ਆਇਆ ਤੇ ਆ ਕੇ ਖੂਹ ਚ ਡਿੱਗ ਪਿਆ, ਗਾਹਾਂ ਖੂਹ ਚ ਡੱਡੂ। ਉਹ ਖੂਹ ਵਾਲਾ ਕਹਿੰਦਾ ਵੀ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਸਮੁੰਦਰ ਚੋਂ। ਖੂਹ ਵਾਲਾ ਡੱਡੂ ਸਮੁੰਦਰ ਵਾਲੇ ਡੱਡੂ ਨੂੰ ਪੁੱਛਦਾ ਸਮੁੰਦਰ ਕਿੱਡਾ ਕਿ? ਉਹ ਕਹਿੰਦਾ ਬਹੁਤ ਵੱਡਾ। ਖੂਹ ਵਾਲੇ ਡੱਡੂ ਨੇ ਪਹਿਲੀ ਛਾਲ ਮਾਰੀ ਵਿਚਾਲੇ ਜੇ ਚਲਿਆ ਗਿਆ, ਕਹਿੰਦਾ ਏਡਾ ਕੁ ਹੈਗਾ ਸਮੁੰਦਰ? ਉਹ ਦੂਜਾ ਕਹਿੰਦਾ ਨਹੀਂ ਬਹੁਤ ਵੱਡਾ। ਇੱਕ ਛਾਲ ਹੋਰ ਮਾਰੀ ਥੋੜਾ ਜਗ੍ਹਾ ਚਲਿਆ ਗਿਆ, ਏਡਾ ਕੁ? ਕਹਿੰਦਾ ਨਹੀਂ ਬਹੁਤ ਵੱਡਾ। ਤੀਜੀ ਇੱਕ ਛਾਲ ਹੋਰ ਮਾਰੀ ਦੂਜੇ ਪਾਸੇ ਜਾ ਲੱਗਾ, ਕਹਿੰਦਾ ਏਡਾ ਕੁ ਹੈਗਾ ਸਮੁੰਦਰ ਵਾਲਾ ਡੱਡੂ? ਕਹਿੰਦਾ ਨਹੀਂ ਨਹੀਂ ਸਮੁੰਦਰ ਬਹੁਤ ਵੱਡਾ ਹੈ। ਖੂਹ ਵਾਲਾ ਡੱਡੂ ਕਹਿੰਦਾ ਕਿਉਂ ਐਵੇਂ ਬੋਲੀ ਜਾਂਦਾ, ਇਦੂ ਵੱਡਾ ਤਾਂ ਹੈ ਹੀ ਨਹੀਂ ਕੁਛ। ਤੇ ਅਸਲ ਵਿੱਚ ਇਹ ਨਹੀਂ ਵੀ ਹੈ ਨਹੀਂ ਸੀ, ਹੈ ਤਾਂ ਬਹੁਤ ਕੁਛ, ਪਰ ਉਹਨੇ ਵੇਖਿਆ ਹੀ ਨਹੀਂ ਸੀ ਗੁਰੂ। ਇਹੀ ਹਾਲ ਆਪਣਾ, ਪੰਚਾਰਕ ਛਾਲਾਂ ਮਾਰੀ ਦੀਆਂ, ਪਹਿਲੀ ਛਾਲ ਥੋੜ੍ਹਾ ਬਹੁਤਾ ਪੜ੍ਹ ਲਏ, ਅੱਗੇ ਵਿਆਹ ਸ਼ਾਦੀ ਹੋ ਗਿਆ। ਦੂਜੀ ਕਿਸ਼ਾਲ ਇਹ ਹੁੰਦੀ ਆ ਹੁਣ ਬੱਚਿਆਂ ਨੂੰ ਪੜ੍ਹਾ ਦਈਏ, ਘਰ ਬਾਰ ਬਣ ਜੇ। ਤੀਜੀ ਕਿਸ਼ਾਲ ਇਹ ਹੁੰਦੀ ਆ ਵੀ ਜਦੋਂ ਘਰੋਂ ਨਿਕਲੀਏ ਲੋਕ ਕਹਿਣ ਬਾਈ ਜੀ ਸਤਿ ਸ੍ਰੀ ਅਕਾਲ। ਪਰ ਇੱਥੇ ਹੀ ਗੱਲ ਨਹੀਂ ਬਣਨੀ, ਇਦੂ ਅੱਗੇ ਵੀ ਬਹੁਤ ਕੁਛ ਹੈ ਗੁਰੂ, ਅੱਗੇ ਵੀ ਬਹੁਤ ਕੁਛ ਹੈ। ਦੇਖੋ ਮਾਇਆ ਕਮਾਉਣੀ ਮਾੜੀ ਨਹੀਂ, ਘਰ ਬਾਰ ਬਣਾਉਣੇ ਮਾੜੇ ਨਹੀਂ, ਬੱਚਿਆਂ ਨੂੰ ਪੜ੍ਹਾਉਣਾ ਮਾੜਾ ਨਹੀਂ, ਪਰ ਇਹਦੇ ਨਾਲ ਕੁਛ ਪਰਉਪਕਾਰ ਵੀ ਕਰਿਆ ਕਰ, ਦੂਜਿਆਂ ਦੇ ਭਲੇ ਲਈ ਯਤਨ ਕਰ, ਭਜਨ ਸਿਮਰਨ ਵੀ ਕਰਿਆ ਕਰ, ਜਿਹਦੇ ਕਰਕੇ ਸਦਾ ਵਾਸਤੇ ਨਮਸਕਾਰਾਂ ਹੁੰਦੀਆਂ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਇਹ ਹੈ ਮਹਾਂਯੋਗੀ, ਰਿਧੀਆਂ ਸਿੱਧੀਆਂ ਕਰਕੇ ਹੀਰੇ ਮੋਤੀ ਰਤਨ ਜਵਾਹਰ ਤਾਂ ਦਿਖਾਉਣ ਲੱਗ ਗਿਆ, ਪਰ ਹਜੇ ਵੀ ਮਨ ਹੈ ਜਿਹੜਾ ਇਹ ਮਾਇਆ ਰੂਪੀ ਜ਼ਹਿਰ ਚ ਖੁੱਭਿਆ ਪਿਆ। ਆਰ ਪਾਰ ਦਾ ਕੁਛ ਸਮਝ ਨਹੀਂ, ਸੂਝ ਨਹੀਂ ਹੈ। ਉਦੋਂ ਫਿਰ ਇਹ ਉਚਾਰਿਆ, ਕੂਪ ਭਰੇ ਹੋ ਜੈਸੇ ਦਾਦਰਾ, ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ਼ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਰਵਿਦਾਸ ਮਹਾਰਾਜ ਕਹਿੰਦੇ ਗੋਰਖ ਨਾਥ ਜੀ, ਇਹ ਸਿਉਨੇ ਚਾਂਦੀ ਹੀਰੇ ਮੋਤੀ ਰਤਨ ਜਵਾਹਰਾਤ ਤਾਂ ਛੋਟੀ ਗੱਲ ਹੈ, ਮੈਂ ਇਹਨਾਂ ਕਰਕੇ ਨਹੀਂ ਕੰਮ ਧੰਦਾ ਕਰਦਾ, ਮੈਂ ਤਾਂ ਇਹ ਚਾਹੁੰਦਾ ਕਿ ਹੇ ਵਾਹਿਗੁਰੂ ਪਰਮਾਤਮਾ ਬਸ ਇੱਕ ਛਿਨ ਤੁਹਾਡੇ ਦਰਸ਼ਨ ਹੋ ਜਾਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਪਵਨ ਕੇ ਨਾਇਕਾ
ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਸਗਲ ਪਵਨ ਕੇ ਨਾਇਕਾ ਕਿਸਨ ਦਰਸ ਦਿਖਾਏਗੀ। ਇਸ ਤਰ੍ਹਾਂ ਗੁਰਮੁਖ ਪਿਆਰਿਓ ਕਹਿੰਦੇ, ਮੈਂ ਤਾਂ ਪਰਮੇਸ਼ਰ ਦੇ ਦਰਸ਼ਨ ਚਾਹੁੰਦਾ ਗੋਰਖ ਨਾਥ ਜੀ, ਚਾਹੀਦੇ ਤਾਂ ਪਰਮਾਤਮਾ ਦੇ ਦਰਸ਼ਨ ਕਰਨੇ ਹੈ, ਪਰ ਹੋਇਆ ਕਿ ਮਲਨ ਭਈ ਮਤ ਮਾਧਵਾ, ਜਿਹੜੀ ਮਤ ਸੀ ਸਾਰੀ ਇਹ ਮੈਲੀ ਹੋ ਗਈ, ਅਵਿਦਿਆ ਨਾਲ ਮੋਹ ਪੈ ਗਿਆ, ਵਿਦਿਆ ਨਾਲੋਂ ਪ੍ਰੇਮ ਘਟ ਗਿਆ, ਤੇਰੀ ਗਤ ਲਖੀ ਨਾ ਜਾਏ। ਮੈਂ ਤਾਂ ਮਾੜੇ ਨੀਚ ਜਾਤੀ ਚੋਂ, ਮਾੜੇ ਨੀਚ ਕਰਮ ਕਰਨ ਵਾਲਾ, ਪਰਮਾਤਮਾ ਤੇਰੀ ਮਹਿਮਾ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਰੋ ਕਿਰਪਾ ਭ੍ਰਮ ਚੁੱਕਈ ਮੈਂ ਸੁਮਤ ਦੇਹੋ ਸਮਝਾਏ। ਕਹਿੰਦੇ ਕਿਰਪਾ ਕਰੋ ਮੈਨੂੰ ਸੁਮਤ ਦਿਓ। ਉਦੋਂ ਅੱਗੇ ਫਿਰ ਲਿਖਿਆ ਸੀ ਜੋਗੀ ਸਰਪਾ ਵਹਿ, ਕਹਿੰਦੇ ਦੇਖੋ ਘਰ ਬਾਰ ਛੱਡਤਾ, ਪਰਿਵਾਰ ਛੱਡਤਾ, ਜੰਗਲਾਂ 'ਚ ਰਹਿ ਕੇ ਭਗਤੀ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਪਰ ਰੱਬ ਦੀ ਪ੍ਰਾਪਤੀ ਦੀ ਥਾਂ 'ਤੇ, ਸਹੀ ਉਪਦੇਸ਼ ਦੁਨੀਆਂ ਨੂੰ ਦੇਣ ਦੀ ਥਾਂ 'ਤੇ ਇਹ ਹੀਰੇ ਮੋਤੀ ਮੋਹ ਮਾਇਆ 'ਚ ਹੀ ਫਸੇ ਪਏ ਆ। ਵੀ ਖਬਰ ਨਹੀਂ ਇਹ ਕਿੱਡੀ ਕੁ ਵੱਡੀ ਗੱਲ ਹੈ। ਯੋਗੀਆਂ ਨੂੰ ਪਤਾ ਕਿਉਂ ਵਿਰੋਧ ਕੀਤਾ? ਕਿਉਂਕਿ ਉਹਨਾਂ ਤੋਂ ਉਪਦੇਸ਼ ਲੈ ਕੇ ਕਈ ਰਾਜੇ ਵੀ ਯੋਗੀ ਬਣ ਗਏ ਸੀ, ਅਤੇ ਗੁਰੂ ਸਾਹਿਬ ਕਹਿੰਦੇ ਸੀ ਰਾਜਿਓ ਰਾਜ ਭਾਗ ਛੱਡ ਕੇ ਯੋਗੀ ਬਣਨ ਦੀ ਥਾਂ 'ਤੇ ਜੇ ਤੁਸੀਂ ਪਰਜਾ ਨੂੰ ਸਹੀ ਨਿਆਂ ਦੇਵੋ ਫਿਰ ਵਾਲਾ ਆਨੰਦ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਤੀ ਕਿਰਤ ਕਰਨ ਗੁਰਮੁਖ ਪਿਆਰਿਓ, ਰਾਜੇ ਆਪਣਾ ਕੰਮ ਕਰਨ ਫਿਰ ਹੀ ਆਨੰਦ ਹੈ ਨਾ। ਗੁਰਮਤ ਨੂੰ ਤਾਂ ਚੰਗਾ ਮੰਨਿਆ, ਕਿਸੇ ਨੂੰ ਇਹ ਨਹੀਂ ਸੀ ਕਿਹਾ ਵੀ ਰਾਜਾ ਰਾਜ ਭਾਗ ਛੱਡ ਅਤੇ ਯੋਗੀ ਬਣ ਜਾ, ਘਰ ਬਾਰ ਛੱਡ ਜੰਗਲਾਂ ਨੂੰ ਜਾ, ਇਹ ਕਿਹਾ ਸੀ ਵੀ ਆਪਣਾ ਕਰਮ ਸਹੀ ਕਰੋ। ਅਤੇ ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਯੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ। ਵੱਡੇ ਵੱਡੇ ਯੋਗੀ ਵੀ ਜਿਹੜੇ ਪਰਮਾਤਮਾ ਦੇ ਗੁਣ ਸੀ ਉਹਨਾਂ ਨੂੰ ਪ੍ਰਾਪਤ ਨਹੀਂ ਕਰ ਸਕੇ, ਪਰ ਮੇਰਾ ਤਾਂ ਮਾਲਕਾ ਮੋਹ ਹੈ, ਪ੍ਰੇਮ ਭਗਤ ਕੈ ਕਾਰਨ ਹੈ, ਕਹੋ ਰਵਿਦਾਸ ਚਮਾਰ। ਮੈਂ ਕੋਈ ਮਾਇਆ ਦੀ ਖਾਤਰ ਜਾਂ ਹੀਰੇ ਮੋਤੀਆਂ ਦੀ ਖਾਤਰ ਨਹੀਂ ਫਿਰਦਾ, ਮੈਂ ਤਾਂ ਪਰਮੇਸ਼ਰ ਦੇ ਦਰਸ਼ਨ ਚਾਹੁੰਦਾ। ਆਹ ਗੱਲ ਗੋਰਖ ਨਾਥ ਨੂੰ ਆਖੀ, ਤੇ ਜਿਹੜਾ ਗੋਰਖ ਨਾਥ ਸੀ ਨਾ ਕਹਿੰਦਾ ਵੀ ਇਹਨੂੰ ਪੂਰੀ ਸਮਝ ਨਹੀਂ ਹੈ, ਤੇ ਜਲ ਪਾਣੀ ਛਕਾਉਣ ਦੇ ਬਹਾਨੇ ਜਦੋਂ ਬੈਠਾ, ਗੁਰੂ ਰਵਿਦਾਸ ਮਹਾਰਾਜ ਜੀ ਨੇ ਕੀ ਕੀਤਾ, ਜਿਹੜੀ ਬਠਲੀ ਸੀ ਨਾ ਗੁਰਮੁਖ ਜਿਹਦੇ ਵਿੱਚ ਚੰਮ ਭਿਆਉਂਦੇ ਹੁੰਦੇ, ਉਹਦਾ ਚੂਲਾ ਭਰ ਕੇ ਰਵਿਦਾਸ ਜੀ ਨੂੰ, ਵਾਹਿਗੁਰੂ ਸਤਿਗੁਰ ਰਵਿਦਾਸ ਜੀ ਨੇ ਬਠਲੀ ਦੇ ਵਿੱਚੋਂ ਚੰਮ ਵਾਲੇ ਜਲ ਦਾ ਚੂਲਾ ਭਰ ਕੇ ਗੋਰਖ ਨਾਥ ਨੂੰ ਦਿੱਤਾ, ਤੇ ਗੋਰਖ ਨਾਥ ਦੇ ਮਨ ਵਿੱਚ ਘਿਰਨਾ ਆ ਗਈ, ਉਹੀ ਰਹਿ ਗਿਆ, ਕਹਿੰਦੇ ਚਮਾਰੀ ਇਹਨੂੰ ਪਤਾ ਹੀ ਨਹੀਂ ਸਾਨੂੰ ਛਕਾਉਣਾ ਕੀ ਸੀ। ਇੱਥੋਂ ਚੱਲਿਆ ਗਿਆ ਗੁਰਮੁਖ ਪਿਆਰਿਓ ਮੁਲਤਾਨ, ਮੁਲਤਾਨ ਪੀਰ ਫਕੀਰ ਜ਼ਿਆਦਾ ਰਹਿੰਦੇ ਹੁੰਦੇ,
ਤੇ ਮੁਲਤਾਨ ਦੇ ਵਿੱਚ ਕਬੀਰ ਮਹਾਰਾਜ ਦੀ ਲੜਕੀ ਵਿਆਹੀ ਹੋਈ ਸੀ ਕਮਾਲੀ, ਕਮਾਲਾ ਤੇ ਕਮਾਲੀ, ਇਹ ਕਬੀਰ ਜੀ ਦਾ ਇੱਕ ਪੁੱਤ ਇੱਕ ਧੀ, ਇਹ ਵਿਆਹੀ ਹੋਈ ਸੀ ਮੁਲਤਾਨ, ਤੇ ਮੁਲਤਾਨ ਦੇ ਵਿੱਚ ਗੋਰਖਨਾਥ ਦਾ ਵੱਡਾ ਡੇਰਾ ਸੀ। ਇਹਨੇ ਉੱਥੇ ਇਹ ਕਿਹਾ ਹੋਇਆ ਸੀ ਵੀ ਮੈਂ ਗਜਾ ਲੈਣ ਆਊਂਗਾ, ਚਿੱਪੀ ਰੱਖੀ ਹੁੰਦੀ ਕੋਲੇ ਕਿ ਮੇਰੀ ਚਿੱਪੀ ਨੂੰ ਕੋਈ ਭਰ ਨਹੀਂ ਸਕਦਾ, ਇਹ ਰੌਲਾ ਪਾਇਆ ਹੋਇਆ ਸੀ, ਤੇ ਇਹ ਗੋਰਖਨਾਥ ਦੀ ਚਿੱਪੀ ਨੂੰ ਕੋਈ ਭਰ ਵੀ ਨਹੀਂ ਸੀ ਸਕਿਆ। ਗੁਰੂ ਕਈ ਬੜੇ ਦਾਅਵੇ ਕਰਦੇ ਅਸੀਂ ਚਿੱਪੀ ਭਰ ਦਿਆਂਗੇ ਪਰ ਭਰ ਨਹੀਂ ਸਕਿਆ ਕੋਈ। ਤੇ ਜਦੋਂ ਕਹਿੰਦੇ ਉੱਥੇ ਗੋਰਖਨਾਥ ਗਿਆ ਢੰਡੋਰਾ ਪਿੱਟਿਆ ਵੀ ਅੱਜ ਗੋਰਖਨਾਥ ਨੇ ਗਜਾ ਲੈਣ ਫੇਰ ਆਉਣਾ, ਤੇ ਜਿਹੜੀ ਕਮਾਲੀ ਸੀ ਇਹਨੇ ਕਿਤੇ ਗੱਲ ਸੁਣ ਲਈ ਵੀ ਗੋਰਖਨਾਥ ਦੀ ਚਿੱਪੀ ਨੂੰ ਕੋਈ ਭਰ ਨਹੀਂ ਸਕਿਆ, ਤੇ ਆਪਣੀ ਸੱਸ ਨੂੰ ਕਹਿੰਦੀ ਮਾਂ ਅੱਜ ਨਾਥ ਜੀ ਨੇ ਆਉਣਾ ਤੇ ਦੁੱਧ ਦਾ ਕਟੋਰਾ ਮੈਂ ਭਰ ਕੇ ਪਾਉ। ਕਹਿੰਦੀ ਠੀਕ ਹੈ, ਤੇ ਨਾਲੇ ਇਹ ਵੀ ਕਹਿਤਾ, ਕਹਿੰਦੀ ਇਸ ਗੋਰਖਨਾਥ ਦੀ ਚਿੱਪੀ ਮੈਂ ਭਰ ਦਿਆਂਗੀ। ਇਹਦਾ ਰੌਲਾ ਪੈ ਗਿਆ ਪਰਿਵਾਰ ਵਿੱਚ, ਤੇ ਉੱਥੇ ਕਹਿੰਦੇ ਗੋਰਖਨਾਥ ਜਦੋਂ ਦੁੱਧ ਲੈਣ ਵਾਸਤੇ ਆਇਆ ਗਜਾ ਕਰਨ, ਚਿੱਪੀ ਰੱਖਤੀ ਤੇ ਜਿਹੜੀ ਸੀ ਕਮਾਲੀ ਉਹ ਦੁੱਧ ਦਾ ਗੜਬਾ ਭਰ ਕੇ ਲਿਆਈ। ਗੁਰਮੁਖ ਪਿਆਰਿਓ, ਖੇਡ ਐਸੀ ਵਾਪਰੀ ਨਾ ਤਾਂ ਗੜਬੇ ਚੋਂ ਦੁੱਧ ਮੁੱਕਦਾ ਤੇ ਨਾ ਹੀ ਚਿੱਪੀ ਭਰੀ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਰਖਨਾਥ ਤਾਂ ਤੱਕਦਾ ਕਮਾਲੀ ਵੱਲ ਤੇ ਕਮਾਲੀ ਦੇ ਨੇਤਰ ਬੰਦ, ਪਰਮਾਤਮਾ ਦਾ ਧਿਆਨ ਧਰਿਆ, ਦੁੱਧ ਪਾਈ ਜਾਂਦੀ ਹੈ ਚਿੱਪੀ ਭਰੇ ਨਾ, ਤੇ ਜਦੋਂ ਵਾਹਵਾ ਸਮਾਂ ਦੁੱਧ ਚਿੱਪੀ ਚ ਪਈ ਗਿਆ, ਗੋਰਖਨਾਥ ਜੀ ਕਹਿੰਦੇ ਕੁੜੇ ਤੂੰ ਹੈ ਕੌਣ, ਕਿੰਨਾ ਚਿਰ ਹੋ ਗਿਆ ਗੜਬੇ ਚੋਂ ਦੁੱਧ ਹੀ ਨਹੀਂ ਮੁੱਕਿਆ, ਤੂੰ ਹੈ ਕੌਣ। ਜਦੋਂ ਧਿਆਨ ਨਾਲ ਵੇਖਿਆ ਕਮਾਲੀ ਗੋਰਖਨਾਥ ਵੱਲੀ ਤੱਕੀ ਤੇ ਗੋਰਖਨਾਥ ਨੇ ਉਹਦੇ ਵੱਲ ਦੇਖਿਆ, ਮੂੰਹੋਂ ਕਹਿ ਬੈਠਾ, ਕਹਿੰਦਾ ਕਿਤੇ ਤੂੰ ਕਮਾਲੀ ਤਾਂ ਨਹੀਂ, ਕਿਉਂਕਿ ਇਹ ਪਹਿਲਾਂ ਸਤਿਗੁਰ ਕਬੀਰ ਜੀ ਵੀ ਤਾਕਤ ਦੇਖ ਚੁੱਕਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਮਾਲੀ ਕਬੀਰ ਜੀ ਦੀ ਧੀ ਸੀ ਪਿਆਰੇ, ਕਹਿੰਦਾ ਕਿਤੇ ਤੂੰ ਕਮਾਲੀ ਤਾਂ ਨਹੀਂ, ਉਹ ਕਹਿੰਦੀ ਹਾਂ। ਉਧਰੋਂ ਤਾਂ ਦੁੱਧ ਦੀ ਉਹ ਚਿੱਪੀ ਭਰ ਗਈ ਤੇ ਗੜਬੇ ਚ ਦੁੱਧ ਹਜੇ ਵੀ ਪਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਨੂੰ ਦੱਸ ਇਹ ਤਾਕਤ ਕਿੱਥੋਂ ਆਈ ਤੇਰੇ ਕੋਲ, ਅੱਜ ਤੱਕ ਮੇਰੀ ਇਸ ਚਿੱਪੀ ਨੂੰ ਕੋਈ ਭਰ ਨਹੀਂ ਸੀ ਸਕਿਆ, ਪਰ ਇਹ ਤੇਰੇ ਕੋਲ ਇਹ ਤਾਕਤ ਕਿੱਥੋਂ ਆ ਗਈ। ਤੇ ਉਹ ਫਿਰ ਕਮਾਲੀ ਨੇ ਦੱਸਿਆ, ਕਹਿੰਦੀ ਗੋਰਖਨਾਥ ਜੀ ਮੇਰੇ ਪਿਤਾ ਕਬੀਰ ਸਾਹਿਬ ਵੀ ਰਵਿਦਾਸ ਮਹਾਰਾਜ ਨੂੰ ਮਿਲਣ ਗਏ ਸੀ, ਤੇ ਜਦੋਂ ਮਿਲਣ ਗਏ ਉਹਨਾਂ ਨੇ ਜਲ ਪਾਣੀ ਛਕਾਉਣਾ ਚਾਹਿਆ ਤੇ ਮੇਰੇ ਪਿਤਾ ਨੇ ਵੀ ਉਹ ਕੁੰਡੇ ਵਾਲਾ ਬਠਲੀ ਵਾਲਾ ਜਲ ਪੀਣ ਦੀ ਬਜਾਏ ਮੂੰਹ ਧੋਣ ਦੇ ਬਹਾਨੇ ਕੱਪੜਿਆਂ 'ਤੇ ਡੋਲ ਲਿਆ, ਹੇਠਾਂ ਡੋਲ ਲਿਆ। ਉਹ ਕੱਪੜੇ ਧੋਣ ਵਾਸਤੇ ਦਿੱਤੇ ਸੀ, ਮੈਨੂੰ ਦਾਗ ਲੱਥਦਾ ਨਹੀਂ ਸੀ, ਮੈਂ ਚੂਸ ਲਿਆ ਸੀ, ਇਹ ਤਾਂ ਉਦੋਂ ਦੀ ਤਾਕਤ ਹੈ, ਮੈਂ ਜੋ ਵੀ ਕਰਨਾ ਚਾਹੁੰਦੀ ਹਾਂ ਉਹ ਹੋ ਜਾਂਦਾ। ਆਖੋ ਸਤਨਾਮ ਸੋ
ਨਿਰਭੈ ਰਵਿਦਾਸ ਮਹਾਰਾਜ ਕੀ ਜੈ। ਮੇਰੀਆਂ ਵੀ ਆਸਾਂ ਮਨੋਰਥ ਪੂਰੇ ਹੁੰਦੇ ਆ। ਜਦੋਂ ਗੋਰਖਨਾਥ ਨੇ ਸੁਣਿਆ ਫਿਰ ਭੱਜਿਆ ਸੀ ਗੁਰੂ, ਫਿਰ ਆਇਆ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਕੋਲੇ। ਆ ਕੇ ਕਹਿੰਦਾ ਰਵਿਦਾਸ ਜੀ, ਉਹ ਜਿਹੜਾ ਤੁਹਾਡੇ ਬਠਲੀ ਵਾਲਾ ਪਾਣੀ ਹੈ ਅੰਮ੍ਰਿਤ ਮੈਨੂੰ ਹੁਣ ਚਾਹੀਦਾ ਦਿਓ। ਮੇਰੇ ਸਤਿਗੁਰ ਕਹਿੰਦੇ ਬਹੁਰੇ ਪਾਣੀ ਗਏ ਮੁਲਤਾਨ, ਕਹਿੰਦੇ ਹੁਣ ਨਹੀਂ ਮਿਲਣਾ, ਉਹ ਤਾਂ ਮੁਲਤਾਨ ਜਾ ਪਹੁੰਚਿਆ। ਉਹਦੇ ਮਨ ਦੀ ਗੱਲ ਦੱਸੀ, ਕੋਈ ਉਹਨੂੰ ਨੀਵਾਂ ਦਿਖਾਉਣ ਦਾ ਭਾਵ ਨਹੀਂ ਸੀ ਗੁਰਮੁਖ, ਸਿਰਫ ਹਉਮੈ ਕੱਢਣੀ ਸੀ। ਕਹਿੰਦੇ ਉਹ ਤਾਂ ਪਾਣੀ ਮੁਲਤਾਨ ਚਲਿਆ ਗਿਆ। ਗੋਰਖਨਾਥ ਜੀ ਕਹਿੰਦੇ ਮੈਂ ਵੇਖ ਕੇ ਆਇਆ ਸਭ ਕੁਛ, ਉਦੋਂ ਫਿਰ ਆ ਸ਼ਬਦ ਉਚਾਰਿਆ ਸੀ ਬਾਣੀ ਚ, ਹੁਣ ਵੀ ਲਿਖਿਆ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਆਪਣਾ ਵੀ ਹਾਲ ਇਹੀ ਹੈ, ਜਿੰਨਾ ਚਿਰ ਆਪਾਂ ਪ੍ਰਤੱਖ ਦੇਖ ਨਾ ਲਈਏ ਕਿੱਥੇ ਯਕੀਨ ਕਰਦੇ ਹਾਂ। ਪਰਮਾਤਮਾ ਨੂੰ ਕਿਉਂ ਨਹੀਂ ਮੰਨਦੇ? ਕਿਉਂਕਿ ਦੀਂਦਾ ਨਹੀਂ ਹੈ ਗੁਰੂ। ਕੋਈ ਪੂਰਾ ਗੁਰੂ ਮਿਲ ਜੇ ਉਹ ਫਿਰ ਸਾਰਿਆਂ ਅੰਦਰ ਹੀ ਦਿਖਾ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੁਣ ਸਤਿਗੁਰ ਕਹਿੰਦੇ ਨੇ ਬਿਨ ਦੇਖੇ ਉਪਜੈ ਨਹੀਂ ਆਸਾ, ਕਹਿੰਦੇ ਜਿੰਨਾ ਚਿਰ ਆਪ ਅੱਖੀ ਨਹੀਂ ਨਾ ਦੇਖ ਲੈਂਦੇ ਪਰਮਾਤਮਾ ਨੂੰ ਜਾਂ ਉਹਦੀਆਂ ਤਾਕਤਾਂ ਨੂੰ, ਉਹਨਾਂ ਚਿਰ ਸਾਨੂੰ ਫਿਰ ਪਰਮੇਸ਼ਰ ਦੇ ਮਿਲਣ ਦੀ ਆਸਾ ਨਹੀਂ ਜਾਗਦੀ। ਤੇ ਜਿੰਨਾ ਚਿਰ ਕੋਈ ਵੀ ਕੰਮ ਹੈ ਤੁਸੀਂ ਅੰਦਰੋਂ ਨਾ ਚਾਹੁੰਦੇ ਹੋਵੋ, ਉਸ ਕਾਰਜ ਵਿੱਚ ਨਾ ਤਾਂ ਮਿਲੇ ਸਫਲਤਾ ਤੇ ਨਾ ਹੀ ਉਹਦੇ ਵਿੱਚ ਕੋਈ ਰਸ ਹੋਵੇ। ਆਖੋ ਸਤਨਾਮ ਜੋ ਦਿਸੈ ਸੋ ਹੋਏ ਬਿਨਾਸਾ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਜਿਹੜਾ ਕੁਛ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਇਹ ਤਾਂ ਸਭ ਬਿਨਾਸ਼ ਹੋਣ ਵਾਲਾ ਹੈ। ਇਹ ਗੋਰਖਨਾਥ ਨੂੰ ਸਮਝਾਉਣ ਵਾਸਤੇ ਸ਼ਬਦ ਉਚਾਰਿਆ ਸੀ। ਕਹਿੰਦੇ ਪਹਿਲਾਂ ਵੀ ਤੁਸੀਂ ਆਏ, ਹੀਰੇ ਮੋਤੀ ਰਤਨ ਜਵਾਹਰਾਤ ਦੇਣੇ ਚਾਹੁੰਦੇ ਸੀ, ਇਹ ਕਿਹੜਾ ਚੀਜ਼ਾਂ ਸਦਾ ਰਹਿੰਦੀਆਂ ਨੇ, ਇਹ ਤਾਂ ਖਤਮ ਹੋਣ ਵਾਲੀਆਂ। ਸਾਡਾ ਤਾਂ ਮੋਹ ਉਸ ਵਾਹਿਗੁਰੂ ਨਾਲ ਹੈ ਜਿਹੜਾ ਸਦਾ ਹੀ ਰਹਿੰਦਾ ਹੈ। ਵਰਨ ਸਹਿਤ ਜੋ ਜਾਪੈ ਨਾਮ, ਕਹਿੰਦੇ ਜਿਹੜਾ ਇਨਸਾਨ ਪ੍ਰਭੂ ਦੇ ਨਾਮ ਨੂੰ ਸ਼ਰਧਾ ਭਾਵਨਾ ਨਾਲ ਜਪਦਾ ਨਾ ਬੋਲ ਬੋਲ ਕੇ, ਸੋ ਯੋਗੀ ਨਿਹਕਲ ਨਿਹਕਾਮ, ਸੋ ਯੋਗੀ ਕੇਵਲ ਨਿਹਕਾਮ। ਕਹਿੰਦੇ ਅਸਲ ਵਿੱਚ ਕੋਈ ਬਾਹਰੀ ਵਿਖਾਵੇ ਨਾਲ ਯੋਗੀ ਨਹੀਂ ਬਣਦਾ, ਯੋਗੀ ਤੋਂ ਭਾਵ ਹੁੰਦਾ ਹੈ ਜਿਹੜਾ ਜੁੜਿਆ ਹੋਵੇ। ਯੋਗ ਜੁੜਨਾ, ਸੰਯੋਗ ਹੁੰਦਾ ਚੰਗਾ ਜੋੜ, ਵਿਯੋਗ ਹੁੰਦਾ ਮਾੜਾ ਜੋੜ। ਵਿਯੋਗ ਹੀ ਆਪਾਂ ਕਹਿੰਦੇ ਹਾਂ ਨਾ ਜਦੋਂ ਕੋਈ ਵਿਛੋੜਾ ਪੈ ਜਾਵੇ, ਸੰਯੋਗ ਹੁੰਦਾ ਸੋਹਣਾ ਯੋਗ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦਾ ਭਜਨ ਕਰਦਾ ਹੈ, ਆਪ ਜਪਦਾ ਹੋਰਨਾਂ ਤੋਂ ਜਪਾਉਂਦਾ ਹੈ, ਉਹੀ ਹੈ ਅਸਲ ਯੋਗੀ। ਤੇ ਉਹ ਮਨ ਦੀ ਕਾਮਨਾ ਤੋਂ ਰਹਿਤ ਹੁੰਦਾ, ਉਹਦੀ ਕੋਈ ਇੱਛਾ ਨਹੀਂ ਹੁੰਦੀ। ਜਿਹੜਾ ਸੱਚੇ ਮਨੋਂ ਜੁੜਿਆ ਨਾ, ਉਹ ਤਾਂ ਕਹਿੰਦਾ ਜੋ ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ ਉਹੀ ਆਨੰਦ ਹੈ, ਕੋਈ ਇੱਛਾ ਨਹੀਂ। ਤੇ ਮਹਾਰਾਜ ਕਹਿੰਦੇ ਪਰਚੈ ਰਾਮ ਰਵੈ ਜੋ ਕੋਈ। ਜਿਹੜਾ ਇਨਸਾਨ ਆਪਣੇ ਮਨ ਦੀਆਂ ਮਾੜੀਆਂ ਸੋਚਾਂ ਨੂੰ ਕਾਬੂ ਕਰਕੇ ਪਰਮਾਤਮਾ ਦਾ ਨਾਮ ਧਿਆਵੇ, ਉਹਦੇ ਉੱਤੇ ਪਰਮਾਤਮਾ ਖੁਸ਼ ਹੋ ਜਾਂਦਾ ਹੈ। ਤੇ ਜਿਹਦੇ ਤੇ ਪਰਮਾਤਮਾ ਖੁਸ਼ ਹੋ ਜੇ ਉਹਨੂੰ ਕੋਈ ਘਾਟ ਵੀ ਨਹੀਂ ਛੱਡਦਾ। ਪਾਰਸ ਪਰਸੈ ਦੁਬਧਾ ਨਾ ਹੋਈ, ਕਹਿੰਦੇ ਜਦੋਂ ਅਸਲੀ ਪਾਰਸ ਪਰਮਾਤਮਾ ਨੂੰ ਜੀਵ ਸੋਹ ਲੈਂਦਾ ਨਾ,
ਫਿਰ ਉਹ ਦੁਚਿੱਤੀ ਚ ਨਹੀਂ ਰਹਿੰਦਾ, ਸ਼ੰਕਿਆਂ ਚ ਨਹੀਂ ਰਹਿੰਦਾ, ਆਪਣੇ ਵਾਲਾ ਕੰਮ ਨਹੀਂ ਕਿ ਪਤਾ ਨਹੀਂ ਕੰਮ ਹੋਊ ਪਤਾ ਨਹੀਂ ਨਹੀਂ। ਸ਼ੁਰੂ ਤਾਂ ਕਰ ਲੈਂਦੇ ਹਾਂ ਫਿਰ ਮਨ 'ਚ ਡਰ ਹੁੰਦਾ, ਪਰ ਜਿਹਨਾਂ ਨੂੰ ਵਾਹਿਗੁਰੂ 'ਤੇ ਭਰੋਸਾ ਹੈ ਉਹਨਾਂ ਦੀ ਲਾਜ ਪਰਮਾਤਮਾ ਰੱਖਦਾ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਉਹ ਦਾਤਾ ਐਡਾ ਵੱਡਾ ਹੈ ਜੋ ਨਹੀਂ ਵੀ ਹੁੰਦਾ ਉਹ ਵੀ ਹੋ ਜਾਂਦਾ ਹੈ। ਦੇਖੋ ਪ੍ਰਹਿਲਾਦ ਜੀ ਦਾ ਭਰੋਸਾ ਸੀ ਨਾ, ਪ੍ਰਹਿਲਾਦ ਭਗਤ ਦਾ, ਉਹਦੇ ਵਾਸਤੇ ਪਰਮਾਤਮਾ ਲੋਹੇ ਦੇ ਥੰਮ ਚੋਂ ਨਰਸਿੰਘ ਰੂਪ ਹੋ ਕੇ ਪ੍ਰਗਟ ਹੋ ਗਿਆ। ਕੋਈ ਮੰਨਣ ਨੂੰ ਤਿਆਰ ਹੈ ਇਸ ਗੱਲ ਨੂੰ? ਗੁਰੂ ਆਪਾਂ ਕਦੇ ਨਹੀਂ ਮੰਨਦੇ, ਪਰ ਪਰਮਾਤਮਾ ਪਰਮਾਤਮਾ ਹੀ ਹੈ। ਆ ਲੋਹਾ ਕਿੱਥੋਂ ਨਿਕਲਦਾ? ਧਰਤੀ ਚੋਂ ਹੀ ਨਿਕਲੀ ਜਾਂਦਾ। ਆ ਤੇਲ ਹੈ ਕਿੱਥੋਂ ਨਿਕਲਦਾ? ਧਰਤੀ ਚੋਂ ਨਿਕਲੀ ਜਾਂਦਾ। ਸਿਉਣਾ ਕਿਹੜਾ ਕੋਈ ਬੰਦਾ ਬਣਾਉਂਦਾ ਹੈ? ਸਿਉਣੇ ਦੇ ਗਹਿਣੇ ਤਾਂ ਮਨੁੱਖ ਬਣਾ ਲੈਂਦਾ ਹੈ, ਪਰ ਸਿਉਣਾ ਵੀ ਸਾਰਾ ਧਰਤੀ ਚੋਂ ਹੀ ਨਿਕਲਦਾ, ਪਰ ਹਰ ਥਾਂ ਨਹੀਂ ਹੁੰਦਾ। ਗੁਰੂ ਇਹ ਤਾਂ ਆਸਣ ਲੋਏ ਲੋਏ ਭੰਡਾਰ, ਜੋ ਕਿਸ਼ ਪਾਇਆ ਸੋ ਇੱਕ ਪਰਮਾਤਮਾ ਦੀ ਖੇਡ ਹੈ। ਤੇ ਜਿਹੜਾ ਉਸ ਅਸਲੀ ਪਾਰਸ ਪਰਮਾਤਮਾ ਨੂੰ ਪਰਸ ਲਵੇ, ਉਹ ਫਿਰ ਦੁਬਧਾ ਚ ਨਹੀਂ ਰਹਿੰਦਾ, ਉਹ ਸ਼ੰਕਿਆ ਚ ਨਹੀਂ ਰਹਿੰਦਾ, ਦੁਚਿੱਤੀ ਚ ਨਹੀਂ ਰਹਿੰਦਾ। ਤੇ ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ, ਰਿਸ਼ੀ ਜੀ ਯੋਗੀ ਬਣੇ ਹੋ, ਰਿਸ਼ੀ ਮੁਨੀ ਬਣੇ ਹੋ, ਅਸਲ ਵਿੱਚ ਦੱਸਦੇ ਆ, ਸੋ ਮੁਨ ਮਨ ਕੀ ਦੁਬਧਾ ਖਾਏ। ਕਹਿੰਦੇ ਅਸਲੀ ਰਿਸ਼ੀ ਮੁਨੀ ਮਹਾਤਮਾ ਉਹੀ ਹੈ ਜਿਹੜਾ ਮਨ ਦੀ ਦੁਬਧਾ ਨੂੰ ਖਾ ਲੇ, ਖਤਮ ਕਰ ਦੇ, ਦੁਚਿੱਤੀ ਚ ਨਾ ਜਿਉਵੇਂ, ਬਿਨ ਦੁਆਰੈ ਤ੍ਰੈ ਲੋਕ ਸਮਾਏ। ਕਹਿੰਦੇ ਅਸਲੀ ਮੁਨੀ ਉਹ ਹੈ ਜਿਹੜਾ ਆਪਣੇ ਮਨ ਨੂੰ ਕਾਬੂ ਕਰ ਲੇ, ਪਰਮਾਤਮਾ ਤੇ ਭਰੋਸਾ ਕਰ ਲੇ, ਤਿੰਨਾਂ ਲੋਕਾਂ ਦਾ ਗਿਆਨ ਮਿਲ ਜਾਂਦਾ ਹੈ ਜੇ ਕੋਈ ਸੱਚਾ ਗੁਰੂ ਮਿਲ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਗੁਰੂ ਦਾ ਦੁਆਰਾ ਨਹੀਂ ਲੱਭਦਾ, ਜਿੱਥੇ ਮਰਜ਼ੀ ਤੁਰੇ ਫਿਰੋ, ਮਨ 'ਚ ਸ਼ਾਂਤੀ ਨਹੀਂ ਆ ਸਕਦੀ, ਟਿਕਾ ਨਹੀਂ ਆਉਣਾ। ਮਨ ਕਾ ਸੁਭਾਅ ਸਭ ਕੋਈ ਕਰੇ, ਕਹਿੰਦੇ ਜਿੰਨੇ ਵੀ ਸੰਸਾਰੀ ਜੀਵ ਨੇ ਕਾਰਜ ਕਰਦੇ ਆ, ਪਰ ਉਹੇ ਜੇ ਕਰਨਗੇ ਜਿਹੇ ਜਾ ਉਹਨਾਂ ਦੇ ਮਨ ਦਾ ਸੁਭਾਅ ਹੈ। ਆਪਾਂ ਤਾਂ ਦੇਖੋ ਹੁਣ ਸਾਰੇ ਚਾਹੁੰਦੇ ਆ, ਅਫਸਰ ਸਾਹਿਬਾਨ ਬੈਠੇ ਆ, ਚਾਹੁੰਦੇ ਹੋਣਗੇ ਸਾਰੇ ਹੀ ਪੜ੍ਹ ਲਿਖ ਕੇ ਅਫਸਰ ਬਣਨ ਤਾਂ ਚੰਗਾ। ਆਪਾਂ ਚਾਹੁੰਦੇ ਹਾਂ ਸਾਰੇ ਧਰਮੀ ਬਣ ਜਾਣ, ਪਰ ਬਣਦੇ ਥੋੜ੍ਹੇ ਹੀ ਆ ਗੁਰਮੁਖ। ਇਹ ਤਾਂ ਮਹਾਰਾਜ ਰਵਿਦਾਸ ਜੀ ਕਹਿੰਦੇ ਨੇ, ਮਨ ਕਾ ਸੁਭਾਅ ਉਹ ਸਭ ਕੋਈ ਕਰੇ, ਜਿਹੜਾ ਮਨ ਦਾ ਸੁਭਾਅ ਹੈ, ਅੰਦਰਲੀਆਂ ਆਦਤਾਂ ਹੈ, ਉਹਦੇ ਮੁਤਾਬਕ ਹੀ ਸਾਰੇ ਕਾਰਜ ਕਰਦੇ ਹੈ। ਕਰਤਾ ਹੋਏ ਸੋ ਅਨੁਭਵ ਰਹੇ, ਕੋਈ ਵਿਰਲਾ ਵਿਰਲਾ ਜਿਹੜਾ ਪਰਮਾਤਮਾ ਦਾ ਸਿਮਰਨ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਫਿਰ ਉਹਨੂੰ ਕੋਈ ਡਰ ਨਹੀਂ ਰਹਿੰਦਾ। ਉਹਦੇ ਸੰਸਾਰ ਦੇ ਭੈ ਡਰ ਖਤਮ ਹੋ ਜਾਂਦੇ ਨੇ, ਫਲ ਕਾਰਨ ਫੂਲੀ ਬਨਰਾਏ। ਦੇਖੋ ਉਦਾਹਰਣ ਦਿੱਤੀ ਹੈ, ਜਿਵੇਂ ਤੁਸੀਂ ਘਰਾਂ 'ਚ ਬੂਟੇ ਲਾਉਂਦੇ ਹੋ ਜਾਂ ਖੇਤਾਂ 'ਚ ਬੂਟੇ ਲਾਉਂਦੇ ਹੋ, ਅਮਰੂਦਾਂ ਦਾ, ਅਨਾਰਾਂ ਦਾ ਜਾਂ ਹੋਰ ਹੈ, ਪਹਿਲਾਂ ਲੱਗਦਾ ਫੁੱਲ, ਫੇਲ ਲੱਗਦਾ ਹੈ ਫਲ। ਜਦੋਂ ਫਲ ਲੱਗ ਜੇ ਉਦੋਂ ਗੁਰਮੁਖ ਪਿਆਰਿਓ ਫੁੱਲ ਆਪ ਹੀ ਝੜ ਜਾਂਦਾ, ਟੁੱਟ ਜਾਂਦਾ ਹੈ ਨਾ, ਫਿਰ ਫਲ ਪੱਕ ਜਾਂਦੇ ਹੈ। ਇਸੇ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ, ਸਾਰੀ ਬਨਸਪਤੀ ਪਹਿਲਾਂ ਫੁੱਲ ਪੈਦਾ ਕਰਦੀ ਹੈ ਤਾਂ ਕਿ ਉਹਨੂੰ ਫਲ ਲੱਗਣ। ਅਸੀਂ ਵੀ ਜਿਹੜਾ ਕੰਮ ਕਰਦੇ ਹਾਂ ਨਾ, ਇਹ ਗੋਰਖਨਾਥ ਨੂੰ ਕਹਿੰਦੇ ਨੇ, ਕਹਿੰਦੇ ਮੈਂ ਚਮੜੇ ਦਾ ਕੰਮ ਕਰਦਾ, ਜੋੜੇ ਜੁੱਤੀਆਂ ਬਣਾਉਣਾ, ਸੰਸਾਰ ਦੇ ਜਿਹੜੇ ਧਰਮ ਕਰਮ ਵੀ ਕਰਦਾ, ਇਹ ਤਾਂ ਕਰਦਾ ਕਿ ਕਿਰਤ ਕਰਕੇ ਉਹ ਪਰਮਾਤਮਾ ਨੂੰ ਖੁਸ਼ ਕਰੀਏ। ਅਸੀਂ ਕਿਸੇ ਦੇ ਹੱਥਾਂ ਬੰਨੀ ਨਾ ਝਾਕੀਏ। ਗੋਰਖਨਾਥ ਦੀ ਹੋਮੇ ਕੱਢਣ ਦੇ ਮਾਰੇ ਕਹਿੰਦੇ, ਇਹ ਨਹੀਂ
ਘਰ ਬਾਰ ਤਾਂ ਛੱਡਤਾ, ਨਾਲੇ ਗ੍ਰਿਸ਼ਤੀਆਂ ਦੇ ਘਰ ਚੋਂ ਮੰਗ ਮੰਗ ਖਾਣਾ, ਅਸੀਂ ਮੰਗਤੇ ਨਹੀਂ ਬਣਨਾ ਕਹਿੰਦੇ। ਇੱਥੋਂ ਹੁਣ ਸਮਝ ਲਿਓ ਪਿਆਰਿਓ, ਵਿਹਲੜ ਨਹੀਂ ਬਣਾਇਆ, ਕਹਿੰਦੇ ਦਸਾਂ ਨਵਾਂ ਦੀ ਕਿਰਤ ਕਰਕੇ ਖਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਰਖ ਨਾਥ ਨਹੀਂ ਚਾਹੀਦਾ ਤੇਰਾ ਪਾਰਸ, ਇਹ ਤਾਂ ਨਿਕੰਮੇ ਕਰ ਦੂਗਾ, ਤੇ ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਇਸ ਕਰਕੇ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਨੂੰ ਵੀ ਗੁਰਮੁਖ ਪਿਆਰਿਓ, ਕਿਸੇ ਨਾ ਕਿਸੇ ਨਾਲ ਨਾਲ ਜ਼ਿੰਮੇਵਾਰੀ ਸੰਭਾਇਆ ਕਰੋ, ਕਿਤੇ ਲਾਓ। ਜਦੋਂ ਵੀ ਕੋਈ ਵਿਹਲਾ ਰਹੂਗਾ ਉਹ ਕੰਮ ਵਿਗੜੂਗਾ ਹੀ। ਗੁਰੂ ਮਹਾਰਾਜ ਰਵਿਦਾਸ ਜੀ ਵੀ ਕਹਿੰਦੇ, ਜਿਹੜੇ ਮੈਂ ਧਰਮ ਕਰਮ ਕਰਦਾ ਇਹ ਤਾਂ ਕਰਦਾ ਵੀ ਕੰਮ ਵੀ ਕਰੀਏ ਇਹਨਾਂ ਕੰਮਾਂ 'ਚ। ਠੀਕ ਹੈ, ਜ਼ਿੰਦਗੀ 'ਚ ਗਲਤੀਆਂ ਵੀ ਹੁੰਦੀਆਂ, ਪਰ ਉੱਥੋਂ ਸਿੱਖਣਾ ਹੈ ਕੁਛ। ਫਲ ਕਾਰਨ ਫੁੱਲੀ ਬਨਰਾਏ, ਫਲ ਲੱਗਾ ਤਬ ਫੂਲ ਬੁਲਾਏ। ਜਦੋਂ ਫਲ ਲੱਗ ਜਾਂਦਾ ਉਦੋਂ ਫੁੱਲ ਝੜ ਜਾਂਦੇ ਹੈ। ਕਰਮ ਧਰਮ ਕਰਦਿਆਂ ਹੋਇਆਂ ਗਿਆਨ ਪ੍ਰਾਪਤ ਕਰਕੇ ਪਰਮੇਸ਼ਰ ਤੱਕ ਪਹੁੰਚ ਕਰਨੀ ਹੈ। ਗਿਆਨੈ ਕਾਰਨ ਕਰਮ ਅਭਿਆਸ, ਆਹ ਦੁਨੀਆਂ ਦੇ ਜਿਹੜੇ ਕਿਰਤਕਾਰ ਵਿਹਾਰ ਕਰਦੇ ਹਾਂ ਇਹ ਸੰਸਾਰ 'ਚ ਰਹਿ ਕੇ ਅਭਿਆਸ ਕਰੀਦਾ ਹੈ, ਅਤੇ ਸੰਸਾਰ ਵਿੱਚ ਪਰਮੇਸ਼ਰ ਦਾ ਵਾਸਾ ਹੈ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮ ਹੈ ਨਾਸ। ਜਦੋਂ ਕਹਿੰਦੇ ਅਸਲੀ ਗਿਆਨ ਪ੍ਰਾਪਤ ਹੋ ਗਿਆ, ਫਿਰ ਫੋਕੇ ਵਹਿਮ ਭਰਮ ਕਰਮ ਕਾਂਡ ਛੱਡ ਦੇਣੇ ਚਾਹੀਦੇ, ਫਿਰ ਇਹਨਾਂ ਕਰਮਾਂ ਦਾ ਨਾਸ ਹੁੰਦਾ ਹੈ। ਜਦੋਂ ਪ੍ਰਭਾਵ ਇਹ ਹੈ ਕਿ ਜਦੋਂ ਪਰਮਾਤਮਾ ਦਾ ਪਿਆਰ ਬਣ ਜੇ ਨਾ, ਉਦੋਂ ਫਿਰ ਪਰਮਾਤਮਾ ਕੰਮ ਨਹੀਂ ਦੇਖਦਾ। ਜਿਵੇਂ ਫਲ ਲੱਗਦਾ ਫੁੱਲ ਝੜ ਜਾਂਦਾ, ਚਾਹੇ ਸਾਧਨਾ ਬੱਕਰੇ ਵੱਢਦਾ ਸੀ, ਚਾਹੇ ਕਬੀਰ ਖੱਡੀ ਬੁਣਦਾ ਸੀ, ਚਾਹੇ ਗੁਰਮੁਖ ਪਿਆਰਿਓ ਰਵਿਦਾਸ ਜੋੜੇ ਜੁੱਤੀਆਂ ਬਣਾਉਂਦੇ, ਮਰੇ ਪਸ਼ੂ ਢੋਂਦੇ ਸੀ, ਪਰ ਇਹਨਾਂ ਦੇ ਕੰਮ ਨਹੀਂ ਦੇਖੇ ਪਰਮਾਤਮਾ ਨੇ। ਉਹ ਦੇਖਿਆ ਵੀ ਜੀਵਨ ਨੂੰ ਫਲ ਕੀ ਲੱਗਿਆ, ਫਲ ਸੀ ਗਿਆਨ ਦਾ, ਫਲ ਸੀ ਭਗਤੀ ਦਾ। ਅਤੇ ਤੁਹਾਨੂੰ ਵੀ ਇਹ ਬੇਨਤੀ ਹੈ, ਰੁੱਖ ਦੀ ਛਾਂ ਵੀ ਹੈ, ਰੁੱਖ ਦੇ ਫਲ ਵੀ ਨੇ। ਛਾਂ ਨੂੰ ਸੰਭਾਲ ਨਹੀਂ ਸਕਦੇ ਆਪਾਂ, ਪਰ ਜਿਹੜੇ ਫਲ ਹੈ ਉਹ ਸਾਂਭੇ ਜਾ ਸਕਦੇ ਹੈ। ਇਸੇ ਤਰ੍ਹਾਂ ਜ਼ਿੰਦਗੀ ਹੈ, ਸਵਾਸ ਨੇ, ਇਹਨਾਂ ਨੂੰ ਨਹੀਂ ਸੰਭਾਲਿਆ ਜਾ ਸਕਦਾ, ਇੱਕ ਦਿਨ ਖਤਮ ਹੋਣਾ ਸਭ ਕੁਛ। ਪਰ ਜਿਹੜੇ ਗੁਣ ਹੈ ਹਰ ਬੰਦੇ ਵਿੱਚ ਉਹ ਫਲ ਹੈ, ਉਹਨਾਂ ਨੂੰ ਸੰਭਾਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਵਿਦਾਸ ਮਹਾਰਾਜ ਕਹਿੰਦੇ ਨੇ, ਕਿਰਤ ਕਾਰਨ ਦੱਧ ਮੱਥਾ ਸਿਆਨ, ਸਿਆਣੀਆਂ ਇਸਤਰੀਆਂ ਜਾਂ ਸਿਆਣੇ ਮਰਦ ਘਿਓ ਕੱਢਣ ਵਾਸਤੇ ਦੇਖੋ ਦੁੱਧ ਤੋਂ ਦਹੀਂ ਬਣਾ ਕੇ ਉਹਨੂੰ ਰਿੜਕਦੇ ਹੈ। ਉਦਾਹਰਣ ਦਿੱਤੀ ਹੈ। ਇਸੇ ਤਰ੍ਹਾਂ ਕਹਿੰਦੇ ਜੀਵਨ ਮੁਕਤ ਸਦਾ ਨਿਰਵਾਣ, ਜਿਹੜਾ ਮਨੁੱਖ ਨਾਮ ਜਪ ਕੇ ਸੱਚੀ ਕਿਰਤ ਕਰਦਾ ਹੈ ਉਹ ਜਿਉਂਦਾ ਜੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਜਾਤ ਪਾਤ ਨਹੀਂ ਮੰਨਦਾ, ਵਹਿਮ ਭਰਮ ਨਹੀਂ ਮੰਨਦਾ, ਜਿਉਂਦੇ ਜੀ ਜਿਹੜਾ ਬੰਧਨਾਂ ਤੋਂ ਮੁਕਤ ਹੋ ਜੇ ਉਹ ਮਰ ਕੇ ਵੀ ਮੁਕਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਰਵਿਦਾਸ ਪਰਮ ਬੈਰਾਗ, ਕਹਿੰਦੇ ਉੱਚੇ ਸੁੱਚੇ ਬੈਰਾਗ ਦੀ ਅਵਸਥਾ ਸੰਸਾਰ ਨਾਲੋਂ ਮੋਹ ਟੁੱਟ ਕੇ ਉਹ ਪਰਮਾਤਮਾ ਨਾਲ ਪੈ ਜੇ। ਕਹਿ ਰਵਿਦਾਸ ਪਰਮ ਬੈਰਾਗ, ਰਿਧਾ ਰਾਮ ਕੀ ਨਾ ਜਪਸ ਅਭਾਗ। ਕਹਿੰਦੇ ਕਿੰਨੀ ਦਾਤ ਮਾਲਕ ਨੇ ਦਿੱਤੀ, ਹਜੇ ਵੀ ਗੋਰਖਨਾਥ ਜੀ ਦੁਨੀਆਂ ਨੂੰ ਹੀ ਭਰਮਾਉਂਦੇ ਫਿਰਦੇ ਹੋ, ਕਿਉਂ ਨੀ ਸੱਚੇ ਵਾਹਿਗੁਰੂ ਦਾ ਨਾਮ ਜਪਦੇ ਤੇ ਜਪਾਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਗਿਆਨ ਸਤਿਗੁਰ ਰਵਿਦਾਸ ਮਹਾਰਾਜ ਨੇ ਗੋਰਖਨਾਥ ਨੂੰ ਦਿੱਤਾ, ਉਹਦੀ ਹੋਮੈ ਕੱਢੀ। ਫਿਰ ਗੋਰਖਨਾਥ ਗੁਰਮੁਖ ਪਿਆਰਿਓ ਦੁਨੀਆਂ ਨੂੰ ਭਰਮਾਉਣ ਦੀ ਵਾਸਤੇ ਨਹੀਂ ਤੁਰਿਆ,
ਪਰਮੇਸ਼ਰ ਦੀ ਬੰਦਗੀ ਚ ਲੱਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣੇ ਦੇਖੋ ਗੋਰਖ ਨਾਥ ਤੇ ਰਵਿਦਾਸ ਮਹਾਰਾਜ ਦੀ ਵਾਰਤਾ ਆਪ ਜੀ ਨੇ ਸੁਣੀ। ਠੀਕ ਹੈ ਕਥਾ ਕਹਾਣੀਆਂ ਨੇ, ਪਰ ਇਹਦੇ ਵਿੱਚੋਂ ਆਪਣੇ ਮਨ ਨੂੰ ਸਮਝਾਉਣਾ, ਦੋ ਤਿੰਨ ਵਿਚਾਰਾਂ ਸਮਝ ਲਿਓ। ਸਮਾਂ ਵੀ ਨਹੀਂ ਇਜਾਜ਼ਤ ਦੇ ਰਿਹਾ, ਸਮਾਂ ਸਮਾਪਤ ਹੋ ਚੱਲਿਆ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਦੇਖੋ ਸਤਿਗੁਰ ਰਵਿਦਾਸ ਮਹਾਰਾਜ ਨੂੰ ਗੋਰਖ ਨਾਥ ਕਹਿੰਦਾ ਪਾਰਸ ਲੈ ਲਓ, ਚਾਂਦੀ ਨੂੰ ਲਾਇਓ, ਗਿਲਟ ਨੂੰ ਲਾਇਓ, ਤਾਂਬੇ ਨੂੰ ਲਾਇਓ, ਸਿਉਣਾ ਬਣਾ ਦੂ, ਅਮੀਰ ਹੋ ਜਾਓ। ਰਵਿਦਾਸ ਮਹਾਰਾਜ ਨੇ ਲਿਆ ਨਹੀਂ ਗੁਰੂ, ਕਹਿੰਦੇ ਅਸੀਂ ਆਪਣੀ ਕਿਰਤ ਕਰਕੇ ਨਾਮ ਜਪ ਕੇ ਵਡਿਆਈ ਲੈਣੀ ਹੈ, ਜੀਵਨ ਉੱਚਾ ਸੁੱਚਾ ਕਰਨਾ ਹੈ, ਏਦਾਂ ਬੇਹੱਕਾ ਨਹੀਂ ਖਾਈ। ਧਰਮ ਦੀ ਕਿਰਤ ਕੀਤੀ, ਨਾਮ ਜਪਿਆ, ਪਰਾਇਆ ਹੱਕ ਵੀ ਨਹੀਂ ਖਾਧਾ ਤੇ ਨਾ ਕਿਸੇ ਦਾ ਵਿਰੋਧ ਕੀਤਾ, ਸਗੋਂ ਸਭਨਾਂ ਦਾ ਭਲਾ ਹੀ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਅੱਜ ਉਹਨਾਂ ਦੀ ਜੈ ਜੈਕਾਰ ਹੈ। ਸੋ ਜਿੱਥੇ ਭਾਈ ਉਹਨਾਂ ਦੇ ਦਿਨ ਦਿਹਾੜੇ ਆਪਾਂ ਮਨਾ ਰਹੇ ਹਾਂ, ਉਹਨਾਂ ਵਾਲੇ ਗੁਣ ਆਪਣੇ ਚਲੇ ਗਏ। ਠੀਕ ਹੈ ਦੁਨੀਆਂ ਵਿਰੋਧ ਕਰਦੀ ਹੈ, ਕਰਨ ਦਿਓ, ਪਰ ਚੰਗੇ ਇਨਸਾਨਾਂ ਨੂੰ ਆਪਣੀ ਚੰਗਿਆਈ ਛੱਡਣੀ ਨਹੀਂ ਚਾਹੀਦੀ। ਜਿੰਨਾ ਵੀ ਹੋ ਜੇ ਸੰਸਾਰ ਦਾ ਭਲਾ ਕਰਨਾ ਹੈ, ਇਸੇ ਵਿੱਚ ਹੀ ਮਹਾਰਾਜ ਦੇ ਘਰੋਂ ਵਡਿਆਈਆਂ ਮਿਲਦੀਆਂ। ਸੋ ਸਤਿਗੁਰ ਕਿਰਪਾ ਕਰੇ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ, ਤਿੰਨ ਦਿਨ ਸਮਾਗਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ, ਸਾਰਿਆਂ ਦੀ ਸੇਵਾ ਮਾਲਕ ਮਨਜ਼ੂਰ ਕਰੇ। ਤੇ ਰੱਬ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਪਰਮਾਤਮਾ, ਰੱਬਾ ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ ਦਾ, ਰੱਬਾ ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ ਦਾ, ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ ਦਾ, ਬਾਬਾ ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ ਦਾ, ਬਾਬਾ ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ, ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਸਤ ਸੰਗ ਦਾ, ਦਾਤਾ ਜੀ ਐਸਾ ਸਮਾਂ ਸਤ ਸੰਗ ਦਾ, ਦਾਤਾ ਜੀ ਐਸਾ ਸਮਾਂ ਸਤ ਸੰਗ ਦਾ, ਐਸਾ ਸਮਾਂ ਸਤ ਸੰਗ ਦਾ, ਦਾਤਾ ਜੀ ਸੇਵਾ, ਮਨ ਜੂੜ ਤੇਰੇ ਸੇਵਕਾਂ ਦੀ
ਨਿਤ ਲਾਏ ਮਨ ਚਿੰਦਿਆ ਫਲ ਪਾਵਣਾ ਵਿੱਚੋਂ ਜਾਏ ਸੋ ਵੱਧ ਚੜ ਕੇ ਭਾਈ ਜਿੰਨੀ ਵੀ ਹੋ ਜੇ ਸੇਵਾ ਕਰਨੀ ਚਾਹੀਦੀ ਹੈ ਤੇ ਮਨ ਦੀ ਹਉਮੈ ਕੱਢ ਕੇ ਜਿਹੜੇ ਜਿਹੜੇ ਵੀ ਸੇਵਾ ਕਰਨਗੇ ਨਾਲੇ ਸਤਿਗੁਰੂ ਦੇ ਬਚਨ ਮੰਨਣਗੇ ਉਹਨਾਂ ਦੇ ਮਨ ਦੀਆਂ ਮੁਰਾਦਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਪੂਰੀਆਂ ਕਰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਤਿਗੁਰ ਨੇ ਕਿਰਪਾ ਕੀਤੀ ਆਪਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਾਵਨ ਦਿਹਾੜਾ ਸ਼ਰਧਾ ਭਾਵਨਾ ਨਾਲ ਰਲ ਕੇ ਮਨਾਇਆ ਹੈ ਇਹੀ ਅਰਦਾਸ ਹੈ ਸਤਿਗੁਰ ਸਭ ਦੇ ਘਰਾਂ ਵਿੱਚ ਹੀ ਇਸੇ ਤਰ੍ਹਾਂ ਖੁਸ਼ੀਆਂ ਬਖਸ਼ੇ ਜਿਵੇਂ ਕਾਂਸੀ ਬਨਾਰਸ ਦੇ ਵਿੱਚ ਰੌਣਕਾਂ ਲੱਗੀਆਂ ਸਭ ਦੇ ਘਰਾਂ ਵਿੱਚ ਹੀ ਖੁਸ਼ੀਆਂ ਹੋਣ ਰੌਣਕਾਂ ਹੋਣ ਇਹੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਭਾਈ ਅਤੇ ਇਹ ਵੀ ਯਾਦ ਰੱਖਿਆ ਕਰੋ ਆਪਾਂ ਦੇਖੋ ਅਰਦਾਸ ਕਰਦੇ ਹਾਂ ਲਾਸਟ ਦੇ ਉੱਤੇ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰ ਨਾਨਕ ਨਾਮ ਪਹਿਲਾਂ ਇਸ ਕਰਕੇ ਜੇ ਚਾਹੁੰਦੇ ਹੋ ਸਾਡੀ ਚੜ੍ਹਦੀ ਕਲਾ ਹੋਵੇ ਤਾਂ ਮਹਾਰਾਜ ਦਾ ਨਾਮ ਜ਼ਰੂਰ ਜਪਣਾ ਗੁਰੂ ਜਿਹੜੇ ਜਿਹੜੇ ਨਾਮ ਜਪਣਗੇ ਉਹਨਾਂ ਦੀ ਚੜ੍ਹਦੀ ਕਲਾ ਹੋਊ ਉਹਨੂੰ ਕੋਈ ਰੋਕ ਨਹੀਂ ਸਕਦਾ ਨਾਨਕ ਨਾਮ ਚੜ੍ਹਦੀ ਕਲਾ ਅਤੇ ਜਦੋਂ ਹੋ ਗਈ ਚੜ੍ਹਦੀ ਕਲਾ ਫਿਰ ਮਹਾਰਾਜ ਕਹਿੰਦੇ ਤੇਰੇ ਭਾਣੇ ਪਰਮਾਤਮਾ ਇਹ ਚਾਹੁੰਦਾ ਹੈ ਭਾਉਂਦਾ ਰੱਬ ਨੂੰ ਸਰਬੱਤ ਦਾ ਭਲਾ ਕਿ ਸਰਬੱਤ ਦਾ ਭਲਾ ਕੀਤਾ ਜਾਵੇ ਸਵਾ ਵੀ ਜਿਹੜੇ ਸਮਾਗਮ ਹੈ ਭਾਈ ਇਹ ਸਰਬੱਤ ਦੇ ਭਲੇ ਵਾਸਤੇ ਕੀਤੇ ਜਾਂਦੇ ਹੈ ਸੋ ਵੱਧ ਚੜ ਕੇ ਇਹੋ ਜਿਹੇ ਦਿਨ ਦਿਹਾੜੇ ਮਨਾਉਣੇ ਹੈ ਅਤੇ ਨਾਲ ਨਾਲ ਗੁਰੂ ਦਾ ਜੋ ਉਪਦੇਸ਼ ਹੈ ਉਹ ਵੀ ਪੱਲੇ ਬੰਨਣਾ ਆਪਣੇ ਬੱਚਿਆਂ ਨੂੰ ਪੜ੍ਹਾਓ ਭਾਈ ਵੱਧ ਤੋਂ ਵੱਧ ਵਿੱਦਿਆ ਪੜ੍ਹਾਓ ਅੱਜ ਵਿੱਦਿਆ ਦਾ ਯੁੱਗ ਹੈ ਕੱਪੜੇ ਭਾਵੇਂ ਸਸਤੇ ਪਾ ਲਓ ਸਰਜੂਗਾ ਪਰ ਜੇ ਬੱਚਿਆਂ ਨੂੰ ਨਾ ਪੜ੍ਹਾਇਆ ਗਿਆ ਫਿਰ ਨਹੀਂ ਸਰਨਾ ਇਹ ਫਰਜ਼ ਹੈ ਮਾਂ ਬਾਪ ਦਾ ਜਦੋਂ ਬੱਚੇ ਜਵਾਨ ਹੋ ਗਏ ਯੋਗ ਲੜਕਾ ਲੜਕੀ ਵੇਖ ਕੇ ਉਹਨਾਂ ਦਾ ਵਿਆਹ ਸ਼ਾਦੀ ਕਰਨ ਅਤੇ ਅੱਗੇ ਉਹਨਾਂ ਦੀ ਕਿਸਮਤ ਹੈ ਅਤੇ ਸਭ ਤੋਂ ਵੱਡਾ ਜਿਹੜਾ ਮੁੱਢਲਾ ਕਰਮ ਹੈ ਉਹ ਹੈ ਆਪਣੇ ਬੱਚਿਆਂ ਨੂੰ ਧਰਮ ਬਾਰੇ ਵੀ ਦੱਸੋ ਸਾਡੇ ਗੁਰੂ ਕੌਣ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਹੋਈਆਂ ਦੇਖੋ ਗੁਰੂ ਰਵਿਦਾਸ ਮਹਾਰਾਜ ਤੋਂ ਭਗਤੀ ਲਹਿਰ ਸ਼ੁਰੂ ਹੋਈ ਉਦੋਂ ਭਗਤੀ ਕਰਕੇ ਸਿਮਰਨ ਕਰਕੇ ਗਰੀਬਾਂ ਨੂੰ ਉੱਚੇ ਚੁੱਕਿਆ ਉਦੋਂ ਬਾਅਦ ਗੁਰਮੁਖ ਪਿਆਰਿਓ ਭਾਈ ਜਰਨੈਲ ਜੀ ਵਰਗੇ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਬਖਸ਼ਿਸ਼ਾਂ ਲਈਆਂ ਉਹਨਾਂ ਤੋਂ ਬਾਅਦ ਵੀ ਬਾਬਾ ਸੰਗਤ ਸਿੰਘ ਜੀ ਹੋਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬਿਤਾਈ ਅਤੇ ਅੰਤਮ ਸਮੇਂ ਗੁਰੂ ਗੋਬਿੰਦ ਸਿੰਘ ਦੀ ਥਾਂ 'ਤੇ ਆਪਣਾ ਬਲੀਦਾਨ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਭਾਈ ਕਿੱਡੀ ਵੱਡੀ ਕੁਰਬਾਨੀ ਹੈ ਪਿਆਰਿਓ ਇੱਥੇ ਹੀ ਵਸ ਨਹੀਂ ਭਾਈ ਜੈ ਸਿੰਘ ਜੀ ਹੋਏ ਜਿਨ੍ਹਾਂ ਨੂੰ ਨਵਾਬ ਕਹਿੰਦਾ ਸੀ ਮੇਰੇ ਤੰਬਾਕੂ ਵਾਲੀ ਪੰਡ ਚੱਕ ਸਿਰ 'ਤੇ ਪਰ ਜੈ ਸਿੰਘ ਨੇ ਤੰਬਾਕੂ ਦੀ ਪੰਡ ਨਹੀਂ ਸਿਰ 'ਤੇ ਚੱਕੀ ਕਹਿੰਦਾ ਸੀ ਤਾਂ ਤੰਬਾਕੂ ਨੂੰ ਹੱਥ ਤੱਕ ਨਹੀਂ ਲਾਉਂਦੇ ਸਿਰ 'ਤੇ ਕਿਵੇਂ ਚੱਕ ਲਈਏ ਅਤੇ ਉਹਦੇ ਪਰਿਵਾਰ ਨੂੰ ਸਾਰੇ ਨੂੰ ਗ੍ਰਿਫਤਾਰ ਕੀਤਾ ਦੋ ਪੁੱਤਰ ਇੱਕ ਘਰ ਵਾਲੀ ਨਾਲੇ ਨੂੰਹ ਦੋ ਨੂੰਹਾਂ ਸੀ ਇੱਕ ਨੂੰਹ ਬੱਚੀ ਜਿਹੜੀ ਸਹੁਰੇ ਗਈ ਹੋਈ ਸੀ ਬੱਚਾ ਹੋਣ ਵਾਲਾ ਸੀ ਅਤੇ ਗੁਰਮੁਖ ਪਿਆਰਿਓ ਘਰ ਵਾਲੀ ਨੂੰ ਅਤੇ ਇੱਕ ਨੂੰਹ ਨੂੰ ਦੋ ਪੁੱਤਰਾਂ ਨੂੰ ਜੈ ਸਿੰਘ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ ਫਿਰ ਭਾਈ ਜੈ ਸਿੰਘ ਦੀ ਪੁੱਠੀ ਖੱਲ ਲਾ ਕੇ ਉਹਨੂੰ ਸ਼ਹੀਦ ਕੀਤਾ ਸੀ ਇਹ ਰਵਿਦਾਸੀਏ ਸਿੱਖਾਂ 'ਚੋਂ ਹੀ ਹੋਇਆ ਦੇਖੋ ਤੰਬਾਕੂ ਨੂੰ ਹੱਥ ਨਹੀਂ ਲਾਇਆ ਆਖੋ ਸਤਨਾਮ ਅਤੇ ਅੱਜ ਕੱਲ੍ਹ ਸਮਾਜ ਵਿੱਚ ਜਿਹੜੇ ਨਸ਼ੇ ਬੜੇ ਪਏ ਹੈ ਨਾ ਇਹ ਵੀ ਸਾਡਾ ਘਾਣ ਕਰ ਰਹੇ ਬਚੋ ਭਾਈ ਜੇ ਕਿਸੇ ਨੂੰ ਇਹ ਮਾੜੀ ਲੱਠ ਲੱਗੀ ਵੀ ਹੈ ਨਾ ਹਟ ਜਾਓ
ਸਾਡੇ ਸਤਿਗੁਰਾਂ ਨੇ ਮਨਾਹੀ ਕੀਤੀ ਹੈ। ਭਾਈ ਜੈ ਸਿੰਘ ਰਵਿਦਾਸੀਆ ਸਿੱਖ ਐਡੀ ਵੱਡੀ ਕੁਰਬਾਨੀ, ਦੋ ਪੁੱਤ ਇੱਕ ਨੂੰਹ ਨਾਲੇ ਘਰ ਵਾਲੀ ਤੇ ਆਪਣਾ ਆਪ ਸ਼ਹੀਦਤਾ ਕਰਵਾ ਲਿਆ ਪਰ ਤੰਬਾਕੂ ਨੂੰ ਹੱਥ ਨਹੀਂ ਲਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਭਾਈ ਤਾਰੂ ਸਿੰਘ ਵੱਲ ਦੇਖ, ਭਾਈ ਤਾਰੂ ਸਿੰਘ ਵੀ ਰਵਿਦਾਸੀਏ ਸਿੱਖਾਂ ਚੋਂ ਸੀ। ਗੁਰਮੁਖ ਪਿਆਰਿਓ ਕਹਿੰਦਾ ਮੇਰੇ ਕੇਸਾਂ ਨੂੰ ਨਾ ਕੈਂਚੀ ਲਾਇਓ। ਜ਼ਕਰੀਆ ਖਾਨ ਕਹਿੰਦਾ ਐਂ ਕਰੋ ਇਹਦੀ ਖੋਪੜੀ ਹੋਈ ਲਾ ਦਿਓ। ਖੋਪੜੀ ਤਾਂ ਲਹਾ ਲਈ ਪਰ ਕੇਸ ਨਹੀਂ ਕਤਲ ਕਰਾਏ ਗੁਰੂ। ਅੱਜ ਤਾਂ ਹੀ ਉਹਨੂੰ ਸੰਸਾਰ ਪੂਜਦਾ। ਫਿਰ ਭਾਈ ਮਹਿਤਾਬ ਸਿੰਘ ਹੋਇਆ, ਆ ਜਦੋਂ ਮੱਸਾ ਰੰਗੜ ਹਰਿਮੰਦਰ ਸਾਹਿਬ ਬੇਅਦਬੀ ਕਰਦਾ ਸੀ ਉਦੋਂ ਗੁਰਮੁਖ ਪਿਆਰਿਓ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਉਹ ਰਾਜਸਥਾਨ ਬੀਕਾਨੇਰ ਤੋਂ ਆਏ ਸੀ ਜਿਨ੍ਹਾਂ ਨੇ ਮੱਸੇ ਰੰਗੜ ਦੀ ਧੌਣ ਚ ਟਕਾਈ। ਉਹ ਜਿਹੜਾ ਮਹਿਤਾਬ ਸਿੰਘ ਸੀ ਨਾ ਉਹ ਰਵਿਦਾਸੀਆ ਸਿੱਖ ਸੀ। ਆਖੋ ਸਤਨਾਮ ਵਾਹਿਗੁਰੂ। ਕਿੱਡੇ ਕਿੱਡੇ ਵੱਡੇ ਯੋਧੇ ਹੋਏ। ਭਾਈ ਤਾਰੂ ਸਿੰਘ ਨੇ ਸਿਦਕ ਨਿਭਾਇਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਉਹਦਾ ਸਿਦਕ ਰੱਬ ਨੇ ਪਾਲਿਆ। ਪਹਿਲਾਂ ਧਰਮ ਪਾਲੋ, ਧਰਮ ਆਪਾਂ ਨੂੰ ਪਾਲਦਾ। ਜ਼ਕਰੀਆ ਖਾਨ ਸੀ ਜਿਹੜਾ ਉਹਨੂੰ ਪੈ ਗਿਆ ਪਿਸ਼ਾਬ ਦਾ ਬੰਨ ਠੀਕ ਨਾ ਹੋਵੇ। ਫਿਰ ਗੁਰਮਤਾ ਇਹ ਹੋਇਆ ਸੀ ਵੀ ਤਾਰੂ ਸਿੰਘ ਦੀ ਜੁੱਤੀ ਲੈ ਕੇ ਦੇ ਸਿਰ ਚ ਮਾਰ। ਫਿਰ ਉਹਦੀ ਜੁੱਤੀ ਲੈ ਕੇ ਜ਼ਕਰੀਆ ਖਾਨ ਦੇ ਸਿਰ ਚ ਮਾਰਦੇ ਨੇ। ਜਿਉਂ ਜਿਉਂ ਜੁੱਤੀ ਵੱਜੇ ਇਹਨੂੰ ਆਵੇ ਆਰਾਮ, ਕਹਿੰਦਾ ਹੋਰ ਜ਼ੋਰ ਨਾਲ ਮਾਰੋ, ਹੋਰ ਜ਼ੋਰ ਨਾਲ ਮਾਰੋ। ਤੇ ਭਾਈ ਤਾਰੂ ਸਿੰਘ ਦੀ ਜੁੱਤੀਆਂ ਖਾ ਖਾ ਕੇ ਜ਼ਕਰੀਆ ਖਾਨ ਫਿਰ ਨਰਕਾਂ ਨੂੰ ਗਿਆ। ਆਖੋ ਸਤਨਾਮ ਵਾਹਿਗੁਰੂ। ਗੁਰੂ ਸਾਹਿਬ ਵੀ ਆਪਣੇ ਪਿਆਰਿਆਂ ਦੀ ਲੱਜਾ ਰੱਖਦੇ ਆ ਗੁਰਮੁਖ ਪਿਆਰਿਆਂ। ਸੋ ਕਿੱਡੀਆਂ ਕਿੱਡੀਆਂ ਮਹਾਨ ਕੁਰਬਾਨੀਆਂ ਨੇ ਪਰ ਆਪਾਂ ਆਪਣਾ ਪਿਛੋਕੜ ਭੁੱਲਦੇ ਜਾ ਰਹੇ ਹਾਂ। ਸੋ ਯਾਦ ਰੱਖੋ ਆਪਣੇ ਮਹਾਨ ਰਹਿਬਰ ਨੇ, ਉਹਨਾਂ ਨੂੰ ਭੁੱਲੋ ਨਾ। ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਸਾਰੀ ਸੰਗਤ ਦਾ ਧੰਨਵਾਦ ਹੈ ਕਿਉਂਕਿ ਅਸੀਂ ਪ੍ਰੋਗਰਾਮ 'ਤੇ ਅੱਗੇ ਪਹੁੰਚਣਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਬੜੇ ਪ੍ਰੇਮ ਨਾਲ ਤੁਸੀਂ ਬੈਠ ਕੇ ਸੁਣ ਰਹੇ ਹੋ, ਜੀ ਤਾਂ ਕਰਦਾ ਵੀ ਹੋਰ ਸੁਣਾਈਏ ਪਰ ਕੋਈ ਨਹੀਂ, ਫਿਰ ਕਿਤੇ ਸਮਾਂ ਮਿਲਿਆ ਖੁੱਲ੍ਹਾ ਟਾਈਮ ਤੁਹਾਡੇ ਨਾਲ ਗੁਰੂ ਘਰ ਦੀਆਂ ਵਿਚਾਰਾਂ ਸਾਂਝੀਆਂ ਕਰਾਂਗੇ। ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ, ਜਿੰਨੇ ਵੀ ਪ੍ਰਬੰਧਕ ਨੇ ਇੱਥੇ ਗੁਰਦੁਆਰਾ ਸਾਹਿਬ ਦੇ, ਨੌਜਵਾਨ ਸਭਾ ਦੇ ਨੌਜਵਾਨ ਵੀਰ ਸਾਰੇ, ਅਤੇ ਪ੍ਰਧਾਨ ਸ਼੍ਰੀ ਰੋਸ਼ਨ ਲਾਲ ਜੀ, ਸ਼੍ਰੀ ਰਾਮਪਾਲ ਜੀ, ਇੰਸਪੈਕਟਰ ਸਾਹਿਬ, ਸਰਪੰਚ ਸ਼੍ਰੀਮਤੀ ਊਸ਼ਾ ਰਾਣੀ ਜੀ, ਸ਼੍ਰੀ ਕ੍ਰਿਸ਼ਨ ਲਾਲ ਜੀ, ਰਾਮਕ੍ਰਿਸ਼ਨ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਿੰਡ ਅਲੀਪੁਰ ਦੀ ਸਮੁੱਚੀ ਹੀ ਸੰਗਤ ਧੰਨਤਾ ਦੇ ਯੋਗ ਹੈ ਜਿਨ੍ਹਾਂ ਨੇ ਮਹਾਨ ਉਪਰਾਲਾ ਕੀਤਾ, ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ।